Why, guru? 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 Why, Why

ਵਾਹ ਗੁਰੂ 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 ਵਾਹ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾਏ ਅੰਚਲ ਲਾਹੋ ਬਿਕਮ ਨਦੀ ਜਾਏ ਤਰਨੀ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਯੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮੇ ਉਚਾਰੇ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਅਮਰਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚਤ ਅਵਨਾਸੀ ਜਸ ਵੇਦ ਪ੍ਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬਨਵਾੜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੀ ਹੋਈ ਵਰਡ ਪਾਗੀ 사ਸੰਗਤ ਸਤਗੁਰੂ ਜੀ ਨੇ ਰਹਿਮਤ ਕੀਤੀ ਹੈ ਇਹ ਸੁਭਾਗ ਕੜੀ satsang ਦੀ ਸਾਨੂੰ ਪ੍ਰਾਪਤ ਹੋਈ ਹੈ ਸੋਹੀ ਰਾਗ ਦੇ ਵਿੱਚ ਪੰਚਮ ਪਾਦਸ਼ਾ ਦਾ ਪਾਵਨ ਸ਼ਬਦ ਜੋ ਸ਼ੰਤ ਦੇ ਰੂਪ ਦੇ ਵਿੱਚ ਹੈ ਅੱਜ ਇਸ ਸਥਾਨ ਤੋਂ ਸਾਨੂੰ ਹੁਕਮਨਾਮਾ ਪ੍ਰਾਪਤ ਹੋਇਆ ਹੈ ਇਹ ਸ਼ਬਦ ਦਾ ਪਹਿਲਾ ਪੜਾ ਆਪਾਂ ਹੁਣ ਸਰਵਣ ਕੀਤਾ ਹੈ ਸਤਿਗੁਰੂ ਜੀ ਰਹਿਮਤ ਕਰ ਰਹੇ ਹਨ ਸਾਗੇ ਤੇ ਸੋਹੀ ਮਹਲਾ ਪੰਜਵਾਂ ਸੰਤਾਂ ਕੀ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਸੰਤਾਂ ਕੇ ਕਾਰਜ ਇੱਕ ਦੁਨਿਆਵੀ ਲੋਕਾਂ ਦੇ ਕੰਮ ਹਨ ਇੱਕ ਸੰਤਾਂ ਦੇ ਕੰਮ ਹਨ ਦੁਨਿਆਵੀ ਲੋਕਾਂ ਦੇ ਕੀ ਕੰਮ ਹਨ ਅਸੀਂ ਆਪਣਾ ਘਰ ਬਣਾ ਲਈਏ ਬਾਲ ਬੱਚੇ ਹੋਣ ਉਹਨਾਂ ਦੇ ਵਿਆਹ ਕਰ దిਏ ਅੱਗੇ ਇਸ ਤਰ੍ਹਾਂ ਸਾਰਾ ਜਿਹੜਾ ਹੈ ਸਾਰਾ ਕੰਮ ਚੱਲਦਾ ਰਹੇ ਸੰਸਾਰੀ ਵਿਵਹਾਰ ਇਸ ਤਰ੍ਹਾਂ ਆਪਣਾ ਕਾਰੋਬਾਰ ਹੈ ਰੋਟੀ ਪਾਣੀ ਖਾਣਾ ਹੈ ਉਹਦੇ ਵਾਸਤੇ ਇਸ ਸੰਸਾਰ ਕੋ ਲੋਕਾਂ ਦੇ ਕਾਰਜ ਹਨ ਸੰਤਾਂ ਦੇ ਕਾਰਜ ਕੀ ਹਨ ਸੰਤਾਂ ਦਾ ਮੁੱਖ ਕਾਰਜ ਹੈ ਵਾਹਿਗੁਰੂ ਪਰਮੇਸ਼ਰ ਨੂੰ ਮਿਲਣਾ ਉਹਨਾਂ ਦਾ ਨਿਸ਼ਾਨਾ ਜਿਵੇਂ ਇੱਕ ਆਮ ਇਨਸਾਨ ਦਾ ਸੰਸਾਰੀ ਇਨਸਾਨ ਦਾ ਨਿਸ਼ਾਨਾ ਹੁੰਦਾ ਹੈ ਕਿ ਵਾਦ ਤੋਂ ਵਾਦ ਮੇਰੇ ਕੋਲ ਤਨ ਦੌਲਤ ਹੋਵੇ ਚੰਗਾ ਵਧੀਆ ਕਾਰ ਹੋਵੇ ਔਰ ਸਾਰੇ ਪਰਿਵਾਰ ਵਾਸਤੇ ਗੱਡੀਆਂ ਹੋਣ ਆਪਣੀ ਆਪਣੀ ਸਵਾਰੀ ਵਾਸਤੇ ਹੋਰ ਸਾਰੇ ਨੌਕਰ ਚਾਕਰ ਹੋਣ ਖੁੱਲੇ ਧੰਦੇ ਗੱਫੇ ਹੋਣ ਇਹ ਸੰਸਾਰੀ ਲੋਕਾਂ ਦੀ ਇੱਛਾ ਹੁੰਦੀ ਹੈ ਰੱਬ ਦੇ ਪਿਆਰੇ ਰੱਬ ਦੇ ਮਿਲਣ ਦੀ ਇਸ਼ਾਰਾ ਦਿੰਦੇ ਹਨ ਉਹਨਾਂ ਦਾ ਕਾਰਜ ਏ ਵਾਹਿਗੁਰੂ ਦੇ ਪਿਆਰੇ ਇਸ ਕਾਰਜ ਨੂੰ ਕਰਦਿਆਂ ਹੋਇਆਂ ਵਾਹਿਗੁਰੂ ਦੇ ਅੱਗੇ ਹਿਤਰਲਾ ਲੈਂਦੇ ਹਨ ਕਿ ਵਾਹਿਗੁਰੂ ਜੀ ਤਾਨੂੰ ਮਿਲਣਾ ਇਹ ਮੇਰੇ ਵਸ ਦੀ ਗੱਲ ਨਹੀਂ ਹੈ ਹਰ ਮੇਰੋ ਪਿਰ ਹਾਂ ਹਰ ਕੀ ਬਹੋਰੀਆ RAM ਬਗੇ ਹੋ ਇਤਨੇ ਕ ਲਾਹੋਰੀਆ ਸੱਚੇ ਪਾਸ਼ਾ ਤੁਸੀਂ ਮੇਰੇ ਪਿਰ ਹੋ ਪਤੀ ਹੋ ਮੈਂ ਤੁਹਾਡੀ ਪਤਨੀ ਹਾਂ ਤੁਸੀਂ ਤਾਂ ਬਹੁਤ ਅਗੇ ਹੋ ਤੇ ਮੈਂ ਬਾਲਾ ਸ਼ਰ ਕੀ ਦੀ ਹਾਂ ਕਿਉਂ ਸ਼ਿੰਗਾਰ ਮਿਲਣ ਕੇ ਤਾਂ ਹੀ ਹਰ ਨਾ ਮਿਲੇ ਜਗ ਜੀ ਕਸਾਈ ਤੁਹਾਨੂੰ ਮਿਲਣ ਵਾਸਤੇ ਭੇਖ ਪਾ ਲਿਆ ਮੇਰੇ ਜੋਗੇ ਤਸੀ ਜੋ ਬੱਚੀ ਸੁਹਾਗਣਾ ਵਾਲੇ ਕੱਪੜੇ ਪਾਉਂਦੀ ਹੈ ਪਰ ਨਹੀਂ ਮਰੇ ਸੱਚੇ ਪਾਤਸ਼ਾਹ ਜਗਤ ਨੂੰ ਆਸਰਾ ਦੇਣ ਵਾਲੇ ਵਾਹਿਗੁਰੂ ਜੀ ਇਹ ਮੇਰੀ ਮੁਸ਼ਕਲ ਹੈ ਰਸਤੇ ਦੇ ਵਿੱਚ ਮੈਂ ਇਹ ਮਹਿਸੂਸ ਕਰ ਰਹੀ ਹਾਂ ਹੁਣ ਵਾਹਿਗੁਰੂ ਪਰਮੇਸ਼ਰ ਜੋ ਆਗਮ ਹੈ ਗੋਚਰ ਹੈ ਅਲੱਖ ਹੈ ਅਪਾਰ ਹੈ ਜਿਸ ਦਾ ਕੋਈ ਚੇਨ ਚੱਕਰ ਬਰਨ ਜਾਤ ਹੀ ਨਹੀਂ ਹੈ ਉਹ ਵਾਹਿਗੁਰੂ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾਵੇ ਮਿਲਣਾ ਕਿੰਨੇ ਹੈ ਸਾਡੇ ਮਨ ਨੇ ਵਿਛੜਿਆ ਕੌਣ ਹੈ ਸਾਡੇ ਅੰਦਰ ਮਨ ਨੂੰ ਆਤਮਾ ਕਿਹਾ ਹੈ ਮਨ ਤੋਂ ਜੋਤ ਸਰੂਪ ਹੈ ਸੰਸਾਰ ਵਾਲੇ ਪਾਸੇ ਜੁੜਨ ਕਰਕੇ ਹੀ ਮਨ ਜਿਹੜਾ ਹੈ ਇਹ ਸੰਸਾਰੀ ਬਣ ਗਿਆ ਹੈ ਜਦੋਂ ਇਹ ਮਨ ਰੱਬ ਵਾਲੇ ਪਾਸੇ ਨੂੰ ਹੋ ਜਾਂਦਾ ਹੈ ਤੇ ਇਹ ਰੱਬ ਵਾਲੇ ਪਾਸੇ ਹੋ ਕੇ ਸੰਤ ਬਣ ਜਾਂਦਾ ਹੈ ਇਹ ਆਤਮਾ ਹੈ ਜਾਂ ਮਨ ਹੈ ਇਹ ਇਸੇ ਇਹ ਵਿਛੜਿਆ ਕਿਉਂ ਹੈ ਕਿਰਤ ਕਰਮ ਕੇ ਵਿਛੜੇ ਜਿਹੜੇ ਕੰਮ ਕਰਦੇ ਰਹੇ ਉਹਨਾਂ ਕਰਮਾਂ ਨੇ ਸਾਨੂੰ ਵਿਛੜ ਦਿੱਤਾ ਕਰਮ ਕਰਦੇ ਰਹੇ ਉਹ ਜਿਨ੍ਹਾਂ ਦੇ ਨਾਲ ਵਿਛੋੜਾ ਹੋਣਾ ਸੀ ਦੂਰੀ ਵੱਧਦੀ ਜਾਣੀ ਸੀ ਫਸ ਕੇ ਇਸ ਪਾਸੇ ਨੇ ਸੰਸਾਰ ਵਾਲੇ ਪਾਸੇ ਨਮੂ ਕਰ ਲਿਆ ਇਸ ਕਰਕੇ ਦੂਰ ਹੁੰਦੇ ਗਏ ਕਰ ਕਿਰਪਾ ਮੇਲੋ RAM ਸੱਚੇ ਪਾਸ਼ਾ ਹੁਣ ਤਾਂ ਤੇਰੇ ਹੱਥ ਵਿੱਚ ਵਰ ਗਈ ਹੈ ਤੇਰੇ ਹੱਥੇ ਸਾਰਾ ਕੁਝ ਹੀ ਹੈ ਤੂੰ ਮੇਰੀ ਮਦਦ ਕਰ ਇਹ ਜਿਹੜਾ ਸ਼ਬਦ ਹੈ ਇਸ ਦਾ ਅੰਤਰੀਵੀ ਭਾਵ ਸਮਝਣਾ ਹੈ ਇਤਿਹਾਸ ਦੇ ਵਿੱਚ ਸਾਖੀ ਜੋੜੀ ਹੈ ਇਸ ਦੇ ਨਾਲ ਯਾਰ ਅੰਮ੍ਰਸ ਸਾਹਿਬ ਵਾਲਾ ਸਰੋਵਰ ਬਣਿਆ ਦਰਬਾਰ ਸਾਹਿਬ ਵਾਲਾ ਉਸ ਨਾਲ ਜੁੜੀ ਹੋਈ ਹੈ ਪਰ ਇਸ ਸ਼ਬਦ ਦੇ ਵਿੱਚ ਜੋ ਕੁਝ ਸਿੱਖਿਆ ਦਿੱਤੀ ਹੈ ਮਹਾਰਾਏ ਨੇ ਜੋ ਗੋਜ ਭੇਦ ਖੋਲੇ ਹਨ ਗੱਲ ਉਹਨਾਂ ਨੂੰ ਸਮਝਣ ਦੀ ਹੈ ਕਿ ਕਿਹੜਾ ਤਾਲ ਹੈ ਕਿਹੜਾ ਸਰੋਵਰ ਹੈ ਕਿਹੜਾ ਜਾਲੇ ਦੇ ਵਿੱਚ ਭਰਿਆ ਹੋਇਆ ਹੈ ਹੈ ਕਿੱਥੇ ਹੈ ਇਹ ਸਾਰਾ ਹੀ ਇਸ਼ਾਰਾ ਜਿਹੜਾ ਹੈ ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਕੀਤਾ ਹੈ ਕਾਰਜ ਕੀ ਹੈ ਰੱਬ ਨੂੰ ਮਿਲਣਾ ਰੱਬ ਕਿੱਥੇ ਹੈ ਸਾਗੇ ਅੰਦਰ ਹੈ ਅੰਦਰ ਵੇਖਾ ਹੋਇਆ ਹੈ ਸਾਗੇ ਸਰੀਰ ਨੂੰ ਚਲਾ ਰਿਹਾ ਹੈ ਅੱਖਾਂ ਉਸ ਦੇ ਕਰਕੇ ਦੇਖ ਰਹੀਆਂ ਹਨ ਕੰਨ ਸੁਣ ਰਹੇ ਹਨ ਰਸਨਾ ਬੋਲ ਰਹੀ ਹੈ ਹੱਥ ਪੈਰ ਸਾਰੇ ਸਰੀਰ ਦੀ ਹਰਕਤ ਜੋ ਹੈ ਉਸ ਵਾਹਿਗੁਰੂ ਕਰਕੇ ਹੀ ਹੈ ਜਦੋਂ ਇਸ ਤੋਂ ਪਾਸੇ ਹੋ ਜਾਂਦਾ ਹੈ ਉਸ ਨੂੰ ਸਾਰੇ ਹੀ ਮਰਦਾ ਕਹਿਣਾ ਪੈਂਦਾ ਅੱਖਾਂ ਵੀ ਇਹੀ ਹਨ ਕੰਨ ਵੀ ਇਹੀ ਹਨ ਰਸਨਾ ਵੀ ਇਹੀ ਹੈ ਹੱਥ ਪੈਰ ਸਭ ਕੁਝ ਇਹੀ ਹਨ ਕੁਛ ਨਹੀਂ ਕਰ ਰਿਹਾ ਸਰੀਰ ਜਿੱਧਰ ਮਰਜੀ ਚੁੱਕ ਥਲ ਕਰੀ ਜਾਓ ਉਸ ਨੂੰ ਕੋਈ ਉਸ ਤੇ ਅਸਰ ਨਹੀਂ ਹੁੰਦਾ ਮੁਕੀ ਦੀ ਕੈਰੀ ਬਣ ਜਾਂਦਾ ਸੋ ਇਸ ਕਾਇਆ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਹੈ ਵਾਹਿਗੁਰੂ ਪਰਮੇਸ਼ਰ ਦਾ ਟਿਕਾਣਾ ਜੋ ਇਸ ਕਾਇਆ ਦੇ ਅੰਦਰ ਹੈ ਦੇਖੋ ਜਿੰਨਾ ਮਹਾਂਪੁਰਸ਼ਾਂ ਨੇ ਕਮਾਈਆਂ ਕੀਤੀ ਇਸ ਮਾਰਗ ਤੇ ਚੱਲੇ ਭਗਤਾਂ ਨੇ ਬਹੁਤ ਵੱਡੀਆਂ ਕਮਾਈਆਂ ਕੀਤੀ ਭਗਤ ਵਰਗੇ ਸੰਤਾਂ ਔਰ ਉਹਨਾਂ ਨੇ ਵੱਡੀਆਂ ਕਮਾਈਆਂ ਕੀਤੀਆਂ ਬਹੁਤ ਉੱਚੀ ਵਾਸਤਾ ਇਸ ਕਰਕੇ ਮਹਾਰਾਜ ਦੇ ਦਰ ਤੇ ਪਰਵਾਨ ਵੀ ਹੋ ਗਏ ਹੋ ਉਹਨਾਂ ਦਾ ਜੋ ਅਧਿਆਤਮਕ ਤਜਰਬਾ ਹੈ ਉਹਨਾਂ ਨੇ ਆਪਣੀ ਬਾਣੀ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਤਾਂ-ਤਾਂ ਤੇ ਉਹ ਦਰਜ ਕੀਤਾ ਹੈ ਇਹ ਸਾਡਾ ਜਿਹੜੀ ਨਾਭੀ ਹੈ ਨਾਭੀ ਤੋਂ ਲੈ ਕੇ ਮਸਤਕ ਤੱਕ ਜਿੱਥੇ ਆਪਣੀ ਅੱਖਾਂ ਹਨ ਜਿੱਥੋਂ ਨੱਕ ਸ਼ੁਰੂ ਹੁੰਦਾ ਹੈ ਇਸ ਅਸਥਾਨ ਤੱਕ ਇਹਨੂੰ ਭਵਜਲ ਕਿਹਾ ਹੈ ਇੱਥੇ ਗੱਬੇ ਆਪਾਂ ਦੇ ਇਸੇ ਦੇ ਵਿੱਚ ਹੀ ਗੋਤੇ ਖਾਈ ਜਾਂਦੇ ਆ ਜਿੰਨੇ ਵਿਚਾਰ ਆਉਂਦੇ ਹਨ ਤਰ੍ਹਾਂ ਤਰ੍ਹਾਂ ਦੇ ਉਹ ਇੱਥੇ ਹੀ ਇਹਨੇ ਥਾਂ ਦੇ ਵਿੱਚ ਹੀ ਆਈ ਜਾਂਦੇ ਆ ਤਰ੍ਹਾਂ ਤਰ੍ਹਾਂ ਦੇ ਵਿਚਾਰ ਪ੍ਰਗਟ ਹੋਈ ਜਾਂਦੇ ਹਨ ਫਿਰ ਇਦ ਇਸ ਭਵਜਲ ਦੇ ਅੱਗੇ ਕੀ ਹੈ ਮਾਰੇ ਨੇ ਕਿਹਾ ਰੱਬ ਹੈ ਰੱਬ ਦਾ ਘਰ ਹੈ ਸੋ ਦਰ ਪਹਿਲਾਂ ਇਹ ਭਵਜਲ ਆ ਗਿਆ ਭਵਜਲ ਦਾ ਦਰ ਕਿਹੜਾ ਆ ਗਿਆ ਜਿੱਥੇ ਸਾਗੀਆਂ ਅੱਖਾਂ ਹਨ ਜਿੱਥੋਂ ਨਕਸ਼ਰ ਹੁੰਦਾ ਹੈ ਇਹ ਦਰ ਆ ਗਿਆ ਇਸ ਦਰ ਤੋਂ ਅੱਗੇ ਵਾਹਿਗੁਰੂ ਪਰਮੇਸ਼ਰ ਦਾ ਘਰ ਹੈ ਜਿਹੜਾ ਮਲ ਘਰ ਇਸ ਤੋਂ ਅੱਗੇ ਹੈ ਸਮਝਣ ਵਾਲੀ ਗੱਲ ਹੈ ਸ਼ਬਦ ਦੇ ਵਿੱਚ ਬਹੁਤ ਗੋਜ ਪੇਰ ਹਨ ਇਸ ਘਰ ਦੇ ਵਿੱਚ ਇਸ ਘਰ ਨੂੰ ਹੀ ਜਿਹੜਾ ਇਸ ਭਵਜਲ ਦਰ ਤੋਂ ਅੱਗੇ ਜਿਹੜਾ ਜਿਹੜਾ ਹੈ ਵਾਹਿਗੁਰੂ ਦਾ ਘਰ ਹੈ ਇਸ ਘਰ ਨੂੰ ਮਹਾਰਾਜ ਨੇ ਦਸ਼ਮ ਦਵਾਰਾ ਗਿਆ ਇਹ ਦਸ਼ਮ ਦਵਾਰਾ ਹੈ ਦਸ਼ਮ ਦਵਾਰਾ ਅਗੰ ਅਪਾਰਾ ਪਰਮਪੁਰਖ ਦੀ ਕਾਟੀ ਪਰਮਪੁਰਖ ਦੀ ਕਾਟੀ ਕੀ ਹੈ ਵਾਹਿਗੁਰੂ ਪਰਮੇਸ਼ਰ ਦੀ ਪਾਵਨ ਜੋਤ ਇਹ ਇਸ ਅਸਥਾਨ ਤੇ ਸਥਿਤ ਹੈ ਇਥੋਂ ਹੀ ਸਾਰੇ ਸਰੀਰ ਵਿੱਚ ਪ੍ਰਕਾਸ਼ ਕਰ ਰਹੀ ਹੈ ਥੱਲੇ ਜਿਹੜਾ ਭਵਜਲ ਹੈ ਭਵਜਲ ਦੇ ਵਿੱਚ ਆਪਾਂ ਗੁਕਕੀਆਂ ਲਈ ਜਾਂਦੇ ਹਾਂ ਜਿਹੋ ਜੇ ਪੁਰਨੇ ਆਉਂਦੇ ਹਨ ਉਹੋ ਜੇ ਕੰਮ ਸਰੀਰ ਕਰੀ ਜਾਂਦਾ ਹੈ ਜਿਵੇਂ ਜਿਵੇਂ ਥੱਲੇ ਨੂੰ ਜਾਂਦੇ ਹਾਂ ਥੱਲੇ ਅੱਗ ਹੈ ਉੱਤੇ ਅੰਮ੍ਰਿਤ ਹੈ ਸਾਗੇ ਸ੍ਰੀ ਚ ਵਾਹਿਗੁਰੂ ਨੇ ਬਿਖ ਤੇ ਅੰਮ੍ਰਿਤ ਦੋਨੇ ਇਕੱਠੇ ਰੱਖੇ ਹਨ ਅੱਗ ਵੀ ਅੰਦਰ ਹੀ ਹੈ ਤੇ ਅੰਮ੍ਰਿਤ ਵੀ ਅੰਦਰ ਹੀ ਹੈ ਅੰਮ੍ਰਿਤ ਉੱਤੇ ਹੈ ਬਿਕ ਥੱਲੇ ਹੈ ਜਿਵੇਂ ਜਿਵੇਂ ਸੁਰਤੀ ਥੱਲੇ ਨੂੰ ਜਾਂਦੀ ਹੈ ਵਿਕਾਰ ਹਾਜ਼ਰ ਹੋਈ ਜਾਂਦੇ ਹਨ ਇਸ ਅਗ ਤੋਂ ਆਪਣੀ ਸੁਰਤੀ ਨੂੰ ਉੱਚਾ ਠਾ ਕੇ ਉਸ ਵਾਹਿਗੁਰੂ ਦੇ ਦਰ ਤੇ ਪਹਿਲਾਂ ਲੈ ਜਾਣਾ ਹੁੰਦਾ ਆਪਾਂ ਸਿਮਰਨ ਕਰਦੇ ਹਾਂ ਨਾ ਸਿਮਰਨ ਕਰਨ ਦਾ ਮਨੋਰਥ ਇਹੀ ਹੈ ਸਾਸ ਸਿਮਰਨ ਕਰਦਾ ਮਤਲਬ ਇਹ ਹੈ ਕਿ ਸਾਡੀ ਸੁਰਤੀ ਜਿਹੜੀ ਹੈ ਇਹ ਥੱਲੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਿੱਚ ਵਿਚਾਰੇ ਜਾਂਦੇ ਹਨ ਇਕਾਬੂ ਵਿੱਚ ਹੋ ਜਾਣ ਤੇ ਇਹ ਆਪਣੇ ਉਸ ਦਰ ਤੱਕ ਪਹੁੰਚ ਜਵੇ ਪਹਿਲਾਂ ਪਹਿਲਾਂ ਇਸ ਨੇ ਉਸ ਦਰ ਦੇ ਤੇ ਪਹੁੰਚਣਾ ਹੈ ਦਰ ਤੋਂ ਅੱਗੇ ਘਰ ਹੈ ਇਹ ਸਾਸ ਗ੍ਰਾਸ ਜਿਹੜਾ ਸਿਮਰਨ ਹੈ ਇਹ ਉਨਾਂ ਚਿਰ ਹੈ ਆਪਾਂ ਬੋਲ ਕੇ ਕਰ ਰਹੇ ਹਾਂ ਵਾਹ ਥੱਲੇ ਜਾ ਰਹੇ ਹਾਂ ਨabhi ਤੱਕ ਗੁਰੂ ਆਏ ਕਿੱਥੇ ਜਿੱਥੇ ਮੱਥਾ ਹੈ ਸਗਾ ਮੱਥੇ ਤੱਲੇ ੜਾ ਇਸ ਆਖਾਂ ਦੇ ਲਾਗੇ ਇਹ ਇਹਦੇ ਵਿੱਚ ਇਹਦੇ ਵਿੱਚ ਘੁੰਮ ਲਿਆ ਆਪ ਕਿ ਮੈਂ ਘੁੰਮਿਆ ਹਵਾ ਦੇ ਨਾਲ ਸਵਾਸ ਜਿਹੜਾ ਹੈ ਹਵਾ ਹੈ ਇਸ ਹਵਾ ਦੇ ਨਾਲ ਆਪਾਂ ਥੱਲੇ ਉੱਤੇ ਉੱਤੋਂ ਥੱਲੇ ਗਏ ਇਹ ਜਿਹੜਾ ਸਵਾਸ ਹੈ ਸਗਾ ਇਹ ਜਦੋਂ ਕੰਟਰੋਲ ਵਿੱਚ ਆ ਜਾਂਦਾ ਹੈ ਤਾਂ ਫੁਰਨੇ हट ਜਾਂਦੇ ਨੇ ਸਾਸ ਗ੍ਰਾਸ ਕਰਨ ਦਾ ਮਤਲਬ ਇਹ ਹੈ ਕਿ ਜਿਹੜੇ ਤਰ੍ਹਾਂ-ਤਰ੍ਹਾਂ ਦੇ ਖਿਆਲ ਆਪਾਂ ਜਿਹੜਾ ਆਪਣਾ ਮਿਸ਼ਨ ਹੈ ਜਿਹੜਾ ਨਿਸ਼ਾਨਾ ਹੈ ਉਹ ਅੰਮ੍ਰਿਤ ਪੀਣਾ ਹੈ ਅੰਦਰੋਂ ਤੇ ਅੰਮ੍ਰਿਤ ਪੀਣ ਵਾਸਤੇ ਸਾਨੂੰ ਮਤਲਬ ਇਹ ਰਸਤੇ ਦੇ ਰੁਕਾਵਟ ਹਨ ਇਹ ਧਿਆਨ ਹੋਰ ਪਾਸੇ ਲੈ ਜਾਂਦੇ ਹਨ ਜਦੋਂ ਆਪਾਂ ਬਾਣੀ ਪੜਨ ਲੱਗਦੇ ਹਾਂ ਨਾਮ ਜਪਣ ਲੱਗਦੇ ਹਾਂ ਤੇ ਧਿਆਨ ਇਕਦਮ ਹੀ ਕਿਸੇ ਕਿਤੇ ਨਾ ਕਿਸੇ ਤੁਰ ਜਾਂਦਾ ਹੈ ਕੋਈ ਨਾ ਕੋਈ ਪਰਨਾ ਆ ਜਾਂਦਾ ਹੈ ਇਹ ਸਾਸ ਗ੍ਰਾਸ ਜਪਣ ਦਾ ਮਤਲਬ ਇਹ ਹੈ ਕਿ ਜਿਹੜੇ ਆ ਸੰਸਾਰੀ ਪ੍ਰਭਾਵ ਹੈ ਸਾਗੇ ਅੰਦਰ ਫੁਰਨੇ ਤਰ੍ਹਾਂ ਤਰ੍ਹਾਂ ਦੇ ਆ ਰਹੇ ਹਨ ਇਹ हट ਜਾਣਾ ਜਿਵੇਂ ਜਿਵੇਂ ਇਹ ਫੁਰਨੇ ਸ਼ਾਂਤ ਹੁੰਦੇ ਜਾਂਦੇ ਹਨ ਇਹ ਅਭਿਆਸ ਹੈ ਨਾ ਆਪਾਂ ਲਗਾਤਾਰ ਕਰੀ ਜਾਵਾਂਗੇ ਲਗਾਤਾਰ ਕਰਦੇ ਕਰਦੇ ਆ ਫਿਰ ਇਹ 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 ਮੁਸ਼ਕਲ ਹੈ ਕਾ ਲੈਣਾ ਹੈ ਅਸਾਂ ਦੀ ਸੁਰਤੀ ਸੋਧਰਦੇ ਤੇ ਜਾਖ ਹੈ ਕਿ ਕਣੀ ਸ਼ੁਰੂ ਹੋ ਜਾਏਗੀ ਜਦੋਂ ਸੋਦਰ ਦੇ ਤੇ ਪਹੁੰਚ ਗਈ ਸੋਦਰ ਦੇ ਅੱਗੇ ਸੋਦਰ ਦੇ ਵਿੱਚ ਸੋ ਘਰ ਹੈ ਅੱਗੇ ਘਰ ਦਸਮਾ ਦੁਆਰਾ ਹੈ ਦਸਵੇਂ ਦੁਆਰੇ ਦੇ ਵਿੱਚ ਸੋ ਪੁਰਖ ਹੈ ਰਹਿਰਾਸ ਵਿੱਚ ਇਹੀ ਗੱਲ ਦਸੀ ਹੈ ਨਾ ਸੋਦਰ ਤੋਂ ਸੋ ਪੁਰਖ ਤੱਕ ਪਹੁੰਚਣਾ ਹੈ ਇਹ ਖੇਲ ਸਾਗੇ ਅੰਦਰ ਦੀ ਹੈ ਆਪਾ ਪੜ ਲਿਆ ਰੋਜ਼ ਪਾਠ ਕਰ ਲਿਆ ਪੜ ਕੇ ਵੇਲੇ ਹੋ ਗਏ ਚਲੋ ਨਿਤਨੇਮ ਕਰ ਲਿਆ ਜਿਸੀ ਰਹਿਰਾਸ ਦਾ ਇਹ ਬੜੀ ਵੱਡੀ ਖੇਡ ਹੈ ਹੁਣ ਕਾਰਜ ਸੰਤਾਂ ਦਾ ਕੀ ਹੈ ਪਹਿਲਾਂ ਤੇ ਇਸ ਕਾਇਆ ਦੇ ਅੰਦਰੋਂ ਕੋਟਰੇ ਮੈ ਕੋਟਰੀ ਪਰੋਂ ਕੋਠੀ ਵਿਚਾਰ ਆ ਸਰੀਰ ਰੂਪੀ ਕੋਠਾ ਇਹਦੇ ਜੇ ਕੋਰ ਕੋਠੀ ਹੈ ਜਿਹਨੂੰ ਪਰਮ ਕੋਠੀ ਕਿਹਾ ਹੈ ਇਹ ਇਹੀ ਦਸੰਦਵਾਰ ਹੈ ਪਹਿਲਾਂ ਤੇ ਇਹਨੂੰ ਲੱਭਣਾ ਹੈ ਆਪਣੇ ਅੰਦਰ ਸਾਰੀ ਸਾਧਨਾ ਇਹੀ ਹੈ ਸਗੀ ਜੋ ਕੁਛ ਆਪਾਂ ਕਰ ਰਹੇ ਹਾਂ ਪਹਿਲਾਂ ਇਹ ਲੱਭਾਂਗੇ ਫਿਰ ਇਸ ਕੋਠੀ ਦੇ ਵਿੱਚ ਉਹ ਜਿਹੜਾ ਬੈਠਾ ਹੋਇਆ ਹੈ ਵਾਹਿਗੁਰੂ ਪਰਮੇਸ਼ਰ ਜਿਹਦੀ ਜੋਤ ਇਸ ਦੇ ਵਿੱਚ ਪ੍ਰਕਾਸ਼ ਹੋ ਰਹੀ ਹੈ ਜਿੱਤੋਂ ਸਾਰਾ ਖੇਲ ਚਲਾ ਰਿਹਾ ਹੈ ਦਿਮਾਗ ਜੀ ਦੇ ਵਸਤੇ ਵਿੱਚ ਹੈ ਇਹ ਦਿਮਾਗ ਦਸਮਾ ਦੁਆਰਾ ਨਹੀਂ ਹੈ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਦਿਮਾਗ ਲਿਖਤਾ ਹੈ ਅਰਥ ਉਹ ਗਲਤ ਹੈ ਇੱਕ ਅਨਪਰਵ ਦੀ ਅਵਸਥਾ ਹੈ ਅਹਿਸਾਸ ਦੀ ਵਸਤਾ ਹੈ ਇਸ ਗੱਲ ਨੂੰ ਸਿਮਰਨ ਕਰਨ ਵਾਲੇ ਸਮਝ ਸਕਦੇ ਹਨ ਇਸ ਮਾਰਗ ਤੇ ਚੱਲਣ ਵਾਲੇ ਸਮਝ ਸਕਦੇ ਹਨ ਇੱਕ ਖਲਾਅ ਹੈ ਸਾਗੇ ਜਿਵੇਂ ਬਾਹਰ ਆਕਾਸ਼ ਆਪਾਂ ਵਖਰੇ ਹਨ ਬੜਾ ਵੱਡਾ ਖਲਾਅ ਹੈ ਇਸੇ ਤਰ੍ਹਾਂ ਹੀ ਸਾਗੇ ਇਹ ਸੋ ਦਰਤਾਂ ਤੋਂ ਅੱਗੇ ਜਿਹੜਾ ਸੋ ਘਰ ਹੈ ਬੜਾ ਵੱਡਾ ਖਲਾਅ ਹੈ ਮਤਲਬ ਬਹੁਤ ਜਿੱਧਰ ਨੂੰ ਮਰਜੀ ਤੁਰ ਜਾ ਤੁਸੀਂ ਸੱਜੇ ਨੂੰ ਤੁਰ ਜਾਓ ਸੁਰਤੀ ਲੈ ਕੇ ਖੱਬੇ ਨੂੰ ਤੁਰ ਜਾਓ ਉੱਪਰ ਨੂੰ ਚੱਲ ਜਾਓ ਅੱਗੇ ਨੂੰ ਚੱਲ ਜਾਓ ਪਿੱਛੇ ਨੂੰ ਚੱਲ ਜਾਓ ਬਹੁਤ ਦੂਰ ਤੱਕ ਇਹਦਾ ਕੋਈ ਅੰਤ ਨਹੀਂ ਹੈ ਬਹੁਤ ਦੂਰ ਤੱਕ ਹੈ ਪਰ ਆਪਾਂ ਵੇਖਣਾ ਕੀ ਹੈ ਇਹਦੇ ਵਿੱਚੋਂ ਵਾਹਿਗੁਰੂ ਦਾ ਦਰਸ਼ਨ ਉਹਦੇ ਕਰ ਲੈਣਾ ਪ੍ਰਾਪਤੀ ਉਹਦੀ ਕਰਨੀ ਹੈ ਵਾਹਿਗੁਰੂ ਕੀ ਹੈ ਵਾਹਿਗੁਰੂ ਤੋਂ ਨਿਰੂਪ ਹੈ ਸ਼ਬਦ ਰੂਪ ਹੈ ਇੱਕ ਸ਼ਬਦ ਹੈ ਜਿਹੜਾ ਆਪਾਂ ਪੜ੍ਹਦੇ ਹਾਂ ਤੁਰਕੀ ਬਾਣੀ ਹੈ ਇੱਕ ਇੱਕ ਬਾਣੀ ਹੈ ਜਿਹੜੀ ਆਪਾਂ ਬੋਲਦੇ ਹਾਂ ਗੱਲਾਂ ਕਰਦੇ ਹਾਂ ਇਹ ਵੀ ਬਾਣੀ ਹੈ ਸੰਸਾਰੀ ਬੋਲੀਆਂ ਜਿਹੜੇ ਗੱਲਾਂ ਕਰਦੇ ਹਾਂ ਇਹ ਵੀ ਬਾਣੀ ਹੈ ਨਾ ਇਹ ਇੱਕ ਗੁਰੂ ਦੀ ਬਾਣੀ ਹੈ ਇਹ ਸਤਿਗੁਰੂ ਦੀ ਬਾਣੀ ਹੈ ਇੱਕ ਹੈ ਅਨਹਦ ਬਾਣੀ ਹੈ ਆਪਾਂ ਕਈ ਵਾਰ ਸੁਣ ਚੁੱਕੇ ਹਾਂ ਗੱਲ ਅਨਹਦ ਬਾਣੀ ਉਹ ਵਾਹਿਗੁਰੂ ਦੀ ਬਾਣੀ ਹੈ ਅਨਹਦ ਬਾਣੀ ਨੇ ਹੀ ਇਸ ਬਾਣੀ ਨੂੰ ਪ੍ਰਗਟ ਕੀਤਾ ਹੈ ਗੁਰੂ ਮਹਾਰਾਜ ਦੇ ਅੰਦਰ ਇਹ ਦਿੱਤ ਇਸ ਅਨਹਤ ਬਾਣੀ ਨੇ ਹੀ ਮਹਾਰਾਜ ਦੇ ਅੰਦਰ ਪ੍ਰਗਟ ਕੀਤਾ ਹੈ ਜਦੋਂ ਸਰਤੀ ਵਾਹਿਗੁਰੂ ਨਾਲ ਜੁੜੀ ਨਾ ਤਾਂ ਇਹ ਸ਼ਬਦ ਉਹਨਾਂ ਦੇ ਅੰਦਰ ਪ੍ਰਗਟ ਹੋਏ ਹਨ ਕਾਵ ਰੂਪ ਦੇ ਵਿੱਚ ਵਾਹਿਗੁਰੂ ਸੋ ਜਿਵੇਂ ਜਿਵੇਂ ਇਹ ਅਭਿਆਸ ਕਰਾਂਗੇ ਆਪਾਂ ਸਾਗੀ ਸੁਰਤੀ ਆਪਣਾ ਟਿਕਾਣਾ ਲੱਭੇਗੀ ਪਹਿਲਾ ਸੋਧਰ ਲੱਭੇਗੀ ਅੰਦਰੋਂ ਆਪਣਾ ਨਿਸ਼ਾਨਾ ਹੈ ਪਹਿਲਾ ਸੋਧਰ ਲੱਭੀਏ ਉਹ ਉਹ ਦਰਵਾਜ਼ਾ ਲੱਭੀਏ ਜਿੱਥੋਂ ਅੰਦਰ ਜਾਣਾ ਹੈ ਘਰ ਦੇ ਅੰਦਰ ਜਿੱਥੋਂ ਦਸੋਂ ਦਵਾਰ ਦੇ ਪ੍ਰਵੇਸ਼ ਹੋਣਾ ਹੈ ਇਸ ਕਰਕੇ ਆਪਾਂ ਇਹ ਸਾਸ-ਗਰਾਸ ਅਭਿਆਸਤਾ ਕਰਦੇ ਹਾਂ ਥੱਲੇ ਉੱਤੇ ਇੱਕ ਕੇ ਸਾਡੀ ਜਿਹੜੀ ਸੁਰਤ ਹੈ ਇਹਦੇ ਵਿੱਚ ਹੋਰ ਬਾਕੀ ਜੋ ਗੰਦਮਲ ਹੈ ਉਹ ਨਿਕਲ ਜੇ ਜਿਹੜੇ ਹੋਰ ਵਿਚਾਰ ਆਉਂਦੇ ਹਨ ਪਾਸੇ ਹੋ ਜਾਣ ਇਹ ਕਰਦੇ ਕਰਦੇ ਜਦੋਂ ਸਾਡੀ ਸੁਰਤੀ ਇੱਥੇ ਕਿਹੜਾ ਪੈਂਦੀ ਹੈ ਫਿਰ ਇਸ ਤੋਂ ਅੱਗੇ ਹਵਾ ਦਾ ਕੰਮ ਕੋਈ ਨਹੀਂ ਹੈ ਦੇਖੋ ਸਵਾਸ ਆਪਣਾ ਇੱਥੇ ਜਾ ਕੇ ਖਤਮ ਹੋ ਜਾਂਦਾ ਹੈ ਮੱਥੇ ਤੇ ਇਸ ਤੋਂ ਅੱਗੇ ਸਵਾਸ ਨਹੀਂ ਜਾਂਦਾ ਇਸ ਤੋਂ ਅੱਗੇ ਸੁਰਤੀ ਦੇ ਖੇਡ ਸ਼ੁਰੂ ਹੋ ਜਾਂਦੀ ਹੈ ਸੁਰਤ ਅੱਗੇ ਪੈਂਦਾ ਜਿਹੜਾ ਸੁਰਤ ਕਰਦੀ ਹੈ ਸੋ ਕਰਦੇ ਆਂ ਕਰਦੇ ਆਂ ਇਹ ਅਭਿਆਸ ਕਰਦੇ ਆਂ ਕਰਦੇ ਆਂ ਸੁਰਤੀ जड़ी है नाभी तो चली नाभी स्वास चलिया ये स्वास चलिया कितों तक आ गया न मथे तक आ गया पर सुरती अगे लं गई स्वास तो इतने जा खत्म हो जाएगा जी हवा अपने अंदर आ जा रही है खत्म हो जाएगी इतने जाके इस तो अगे तू अत अगे जा सकती है देखो आप जो कहने ना वाह इतने आ गई नाभी तो आ गई इस अगर थले नहीं जा सकती है ਇਹ ਗਿੱਠਾ ਕਿ ਨਾਬੀ ਦੀ ਗੱਟ ਹੈ ਹੁਣ ਦੱਜਵੇਂ ਗੁਰੂ ਕਿਆ ਗੁਰੂ ਕਿਸੇ ਜੜ ਗਈ ਤਾਂ ਨਿਕੜ ਗਈ ਸ਼ਬਦ ਜਿਹੜਾ ਸੀ ਗੁਰੂ ਦਾ ਵਾਹਿਗੁਰੂ ਸ਼ਬਦ ਜਿਹੜਾ ਸੀ ਇਹ ਸਾਗੀ ਸੁਰਤ ਨੂੰ ਜਿੰਨਾ ਥੱਲੇ ਗਿਆ ਸੀ ਇੰਨਾ ਹਿੱਸ ਨੂੰ ਚਲੇ ਗਿਆ ਉੱਤੇ ਹਵਾ ਨਹੀਂ ਗਈ ਉੱਤੇ ਗਈ ਹੈ ਸੁਰਤ ਸਾਗੀ ਆਵਾਜ਼ ਇਹ ਆਵਾਜ਼ ਦੀ ਲੋਟ ਨਹੀਂ ਲੱਜਾਂਦੀ ਫਿਰ ਇਹ ਆਵਾਜ਼ ਉਹਨਾਂ ਚਰ ਹੈ ਜਿੰਨਾ ਚਰ ਇਸ ਆ ਗਈ ਸੁਰਤੀ ਉੱਤੇ ਤੱਕ ਨਹੀਂ ਜਾਂਦੀ ਹੈ ਪਹੁੰਚਦੀ ਨਹੀਂ ਉੱਥੇ ਤੱਕ ਸੋ ਇਹ ਕਾਰਜ ਇਹ ਹੈ ਸੰਤਾਂ ਦਾ ਇਸ ਕਾਰਜ ਦੇ ਵਿੱਚ ਜਿਹੜਾ ਹੈ ਉਹ ਜਿਵੇਂ ਆਪਾਂ ਘਰ ਬਣਾਉਂਦੇ ਹਾਂ ਘਰ ਬਣਾਉਣ ਵਾਸਤੇ ਕਿੰਨਾ ਕੁਝ ਇਕੱਠਾ ਕਰਦੇ ਹਾਂ ਬਹੁਤ ਕੁ ਤਾਨੂੰ ਵੀ ਚਾਹੀਦਾ ਹੈ ਬੜਾ ਕੁ ਚਾਹੀਦਾ ਹੈ ਨਾ ਬੰਦੇ ਚਾਹੀਦੇ ਹਨ ਹੋਰ ਵੀ ਸਾਰਾ ਕੁਝ ਚਾਹੀਦਾ ਹੈ ਇਹ ਮਲ ਸਾਰਾ ਇਸ ਕਾਰਜ ਵਾਸਤੇ ਸੰਤ ਜਿਹੜੇ ਹਨ ਉਹ ਕਿਵੇਂ ਕਰਦੇ ਹਨ ਇਹ ਮਹਾਰਾਜ ਦੱਸ ਰਹੇ ਹਨ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਰਾਮ ਸੰਤ ਜਿਹੜੇ ਜਿਹੜੇ ਸੰਤ ਆਪਣਾ ਇਹ ਕਾਰਜ ਕਰਦੇ ਹਨ ਰੱਬ ਨੂੰ ਮਿਲਣ ਵਾਲਾ ਇੱਚ ਵਾਹਿਗੁਰੂ ਸਹਾਇ ਹੁੰਦਾ ਹੈ ਮਦਦ ਕਰ ਅਸੀਂ ਆਮ ਤੌਰ ਤੇ ਇਹ ਸ਼ਬਦ ਦੇ ਅਰਥ ਦੁਨਿਆਵੀ ਲੈਨੇ ਆ ਕਿ ਦੇਖੋ ਜੀ ਵਿਆਹ ਦੇ ਮੌਕੇ ਤੇ ਗਾਉਣਾ ਸ਼ੁਰੂ ਕਰਦਾ ਸੰਤਾਂ ਦਾ ਕਾਰਜ ਹੈ ਜਾਂ ਕਿ ਤੇ ਖਾਣ ਪਾ ਰੱਖਿਆ ਤੇ ਗਾਉਣਾ ਰਲ ਗਏ ਨੇ ਸ਼ੁਰੂ ਕਰਦਾ ਸੰਤਾਂ ਦਾ ਉਹ ਸੰਤ ਸੋੜੇ ਜਿੱਥੇ ਤੁਸੀਂ ਗਾਰੇ ਜੀ ਇਹ ਤਾਂ ਸੰਤ ਹਨ ਤਾਂ ਸੰਤਾਂ ਦਾ ਕਾਰਜ ਇਹ ਨਹੀਂ ਹੈ ਜਿਹੜਾ ਉਹਨਾਂ ਦਾ ਹੈ ਵਿਆਹ ਕਰਨਾ ਹੈ ਦੁਨਿਆਵੀ ਵਿਆਹ ਕਰਨਾ ਹੈ ਜਾਂ ਕੋਤਨੇ ਆ ਵਿਛਾ ਪੂਰੀ ਕਰਨੀ ਹੈ ਸੰਤਾਂ ਦਾ ਕਾਰਜ ਤਾਂ ਹੋਰ ਹੈ ਹਰ ਕੰਮ ਕਰਾਉਣ ਆਇਆ ਰਾਮ ਵਾਹਿਗੁਰੂ ਆਪ ਹਾਜ਼ਰ ਹੋ ਗਿਆ ਫਿਰ ਤੇ ਇਸ ਕਾਰਜ ਵਿੱਚ ਆਪ ਜਪਾਏ ਤਾਂ ਜਪਿਏ ਨਾ ਦੇਖੋ ਜਦੋਂ ਆਪਾਂ ਲੱਗਾਗੇ ਨਾ ਉਦੋਂ ਫਿਰ ਵਾਹਿਗੁਰੂ ਸਾਡੀ ਮਦਦ ਕਰੇਗਾ ਆਪਾਂ ਇੱਕ ਛੋਕੇ ਹੁੰਦੇ ਆ ਖਾਨ ਪੜਦੇ ਨੇ ਰੱਬ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਹਨ ਇਹਦਾ ਮਤਲਬ ਕੀ ਹੈ ਕਿ ਜਿਹੜਾ ਅਸੀਂ ਉਦਮ ਕੀਤਾ ਉਸ ਨੂੰ ਮਿਲਣ ਵਾਸਤੇ ਨਾਮ ਜਪਣਾ ਸ਼ੁਰੂ ਕੀਤਾ ਉਹਦੇ ਵਿੱਚ ਵਾਹਿਗੁਰੂ ਨੇ ਸਾਡੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਇਹ ਕੰਮ ਦੇ ਵਿੱਚ ਮਦਦ ਮਜ਼ਦਗਰ ਹੋ ਗਿਆ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਹੁਣ ਧਰਤੀ ਕਿਹੜੀ ਹੈ ਧਰਤੀ ਇਹ ਹੈ ਸਰੀਰ ਇਹ ਧਰਤੀ ਹੈ। ਇਸ ਧਰਤੀ ਦੇ ਉੱਤੇ ਦੇਖੋ ਕਿੰਨੇ ਰੋਗ ਲੱਗੇ ਹੋਏ ਹਨ। ਕਿੰਨੇ ਇਸ ਸਰੀਰ ਰੂਪੀ ਧਰਤੀ ਦੇ ਵਿੱਚ ਜਿਹੜੀਆਂ ਜੜੀਆਂ ਬੁਕੀਆਂ ਵਿਕਾਰ ਉੱਗੇ ਹੋਏ ਹਨ। ਕਿੰਨੇ ਖਦਰ ਨਾਗੇ ਧਰਤੀ ਦਿੱਤੇ ਜਿਹੜੇ ਹਨ ਜਾਨਵਰ ਹਨ ਵਿਕਾਰਾਂ ਰੂਪੀ ਜਾਨਵਰ ਹਨ ਕੀ ਕੁਸ਼ ਹਸਤ ਹੈ ਹੋਇਆ ਕਿ ਜਦੋਂ ਇਸ ਪਾਸੇ ਨੂੰ ਸੰਤ ਲੱਗੇ ਤਾਂ ਧਰਤੀ ਸੁਹਾਵਣੀ ਬਣ ਗਈ ਇਹਨਾਂ ਧਰਤੀ ਨੂੰ ਪਹਿਲਾਂ ਸਾਧ ਲਿਆ ਉਹਨਾਂ ਨੇ ਕਿਵੇਂ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੀਰ ਨਾਮ ਵੀ ਸੰਤੋਖ ਸੁਹਾਗਾ ਰਖ ਕਰੀ ਵੀ ਇਹ ਤਰੀਕਾ ਵਰਤ ਲਿਆ। ਸੋ ਅੱਗੇ ਤਰਪ ਪਹਿਲਾਂ ਤੇ ਸਰੀਰ ਸੁਹਾਵਣਾ ਬਣੇਗਾ। ਇਹ ਤਰਤੀ ਸੁਹਾਵਣੀ ਬਣੇਗੇ ਬੀਜਣ ਦੇ ਬੀਜ ਬੀਜਣ ਦੇ ਯੋਗਤਾ ਹੋਵੇ ਨਾ ਇਹ ਤਾਂ ਹੀ ਬੀਜੂਗੇਗਾ ਨਹੀਂ ਤੇ ਜੜੀਆਂ ਬੁਕੀਆਂ ਫਸਲ ਨੂੰ ਤਾਂ ਉਗਣ ਨਹੀਂ ਦੇਣਗੀਆਂ। ਤਾਲ ਸੁਹਾਵਾ। ਤਾਲ ਸੁਹਾਵਾ ਕੀ ਹੈ? ਸਾਡੇ ਅੰਦਰ ਜਿਹੜਾ ਤਾਲ ਹੈ ਇਸ ਨੂੰ ਮਹਾਰਾਜ ਨੇ ਦਸਮੇ ਦਵਾਰੇ ਨੂੰ ਇੱਥੇ ਤਾਲ ਹਿਰਦੇ ਰੂਪੀ ਹਿਰਦਾ ਹਿਰਦਾ ਕੀ ਹੈ ਹਿਰਦਾ ਸਰਾ ਕੀ ਅਗਨੀਗਾ ਅਸੀਂ ਆਮ ਤੌਰ ਤੇ ਹਿਰਦਾ ਜਿਹੜਾ ਅਰਥ ਕਰਦੇ ਹਾਂ ਜਾਂ ਸੁਣ ਸਮਝਦੇ ਹਾਂ ਉਹ ਐ ਸਮਝਦੇ ਜਿੱਨਾ ਸਕੇ ਆ ਛਾਤੀ ਦੇ ਕੋਲ ਇੱਥੇ ਹਿਰਦਾ ਹੈ ਹਿਰਦਾ ਉਹ ਹੈ ਜਿਹੜਾ ਸੁਨਕਾਟ ਤੋਂ ਅੱਗੇ ਹੈ ਸੁਨਕਾਟ ਕੀ ਹੈ ਜਿੱਥੇ ਤਰਕੁਟੀ ਹੈ ਜਿੱਥੇ ਬੀਬੀਆਂ ਮੱਥਾ ਮੱਥੇ ਬਿੰਦੀ ਲਾਉਂਦੀਆਂ ਨੇ ਤਰਕੁਟੀ ਹੈ ਇਹ ਸੁਨਕਾਟ ਹੈ ਇਸ ਤੋਂ ਅੱਗੇ ਤਾਲ ਹੈ ਪਹਿਲਾਂ ਤਾਂ ਤਾਲ ਦਾ ਪਤਾ ਹੀ ਨਹੀਂ ਸੀ ਹੁਣ ਇਹ ਤਾਲ ਸੁਹਾਵਣਾ ਬਣ ਗਿਆ ਇਸ ਕਾਇਆ ਦੇ ਬਣ ਦੇ ਨਾਲ ਇਹ ਤਾਲ ਜਿਹੜਾ ਸੀ ਅੰਦਰ ਇਹ ਸੁਹਾਵਣਾ ਬਣ ਗਿਆ ਵਿੱਚ ਅੰਮ੍ਰਿਤ ਜਲ ਸ਼ਾਇਆ ਰਾਮ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਮਕਾਨ ਬਣਾਉਣ ਵਾਸਤੇ ਆਪਾਂ ਪਹਿਲਾਂ ਕਿਛੋਟਾ ਜਿਹਾ ਚਬਚਾ ਜਿਹਾ ਨਹੀਂ ਬਣਾ ਲੈ ਪਾਣੀ ਦੀ ਲੋੜ ਪੈਂਦੀ ਹੈ ਉਹ ਉਹਨੂੰ ਭਰ ਰਖੀਦਾ ਹੈ ਲੋੜ ਅਨਸਾਰ ਵਰਤੀ ਜਾਂਦਾ ਹੈ ਵਾਹਿਗੁਰੂ ਨੇ ਇਸ ਤਾਲ ਨੂੰ ਭਰ ਦਿੱਤਾ ਕਿਉਂਕਿ ਵਾਹਿਗੁਰੂ ਸਾਨੂੰ ਹੁਣੇ ਅੰਮ੍ਰਿਤ ਪਿਉਣਾ ਚਾਹੁੰਦਾ ਹੈ ਨਾ ਰਜਾਉਣਾ ਜਾਂਦਾ ਹੈ ਹੁਣ ਤੱਕ ਤਾਂ ਸਾਨੂੰ ਪਤਾ ਨਹੀਂ ਇਸ ਅੰਮ੍ਰਿਤ ਦਾ ਇਸ ਬੰਨੇ ਤੁਰੇ ਨਹੀਂ ਕਦੀ ਸਰਪਾਖ ਹੀ ਕਰ ਛੱਡਦੇ ਸੀ ਵਾਹਿਗੁਰੂ ਨੇ ਵੇ ਭਰ ਦਿੱਤਾ ਇਸ ਨੂੰ ਵਿੱਚ ਅੰਮ੍ਰਿਤ ਜਲ ਹੈ ਅੰਮ੍ਰਿਤ ਜਲ ਕੀ ਹੈ ਨਾਮ ਦਾ ਅੰਮ੍ਰਿਤ ਆਤਮਕ ਰਸ ਦਾ ਅੰਮ੍ਰਿਤ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਕੀ ਹੋਇਆ ਇਹ ਅਮਰਤ ਦੇ ਨਾਲ ਜਦ ਭਰ ਗਿਆ ਪੂਰਨ ਸਾਜ ਕਰਾਇਆ ਚੰਗੀ ਤਰ੍ਹਾਂ ਭਰ ਦਿੱਤਾ ਫੁੱਲ ਕਰਤਾ ਇਸਨ ਨਾਮ ਦੇ ਨਾਲ ਅਜਰਾ ਪੰਜਾਬ ਅਭਿਆਸ ਕਰਦੇ ਹਾਂ ਇਹ ਸਾਰਾ ਉੱਥੇ ਪਹੁੰਚ ਜਾਂਦਾ ਹੈ ਸਗਲ ਮੰਤਰ ਪੂਰੇ ਮਨਵਰਸ ਕਿਹੜੇ ਸੀ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਲੀ ਗੱਲ ਜਿਹੜੀ ਸੀ ਉਸ ਪਾਸੇ ਨੂੰ ਤੁਰੇ ਉਹ ਉਹ ਜਿੰਨੇ ਅਪ ਤਿਆਰ ਕਰ ਰਹੇ ਸਨ ਦੇਖੋ ਮਕਾਨ ਤਿਆਰ ਕਰਨ ਵਾਸਤੇ ਕਿੰਨਾ ਕੁਝ ਕਰਨਾ ਪੈਂਦਾ ਹੈ ਸਾਨੂੰ ਉਹ ਉੱਥੋਂ ਤੱਕ ਪਹੁੰਚਣ ਵਾਸਤੇ ਜਿੰਨੇ ਜਿੰਨੇ ਕੰਮ ਸਨ ਇਹਨਾਂ ਵਿੱਚ ਰੱਬ ਨੇ ਮਦਦ ਕੀਤੀ ਸਾਰੇ ਪੂਰੇ ਹੋਣੇ ਸ਼ੁਰੂ ਹੋ ਗਏ ਜੈ ਜੈਕਾਰ ਪਾਇਆ ਜਗੰਤਰ ਲਾਤੇ ਸਗਲੇ ਸਾਰੇ ਕੀ ਹੋਇਆ ਜਦੋਂ ਸੁਰਤੀ ਇੱਥੇ ਜਾ ਕੇ ਟਿਕਣੀ ਸ਼ੁਰੂ ਹੋ ਜੇ ਨਾ ਬੰਦਾ ਅੰਤਰਮੁਖੀ ਹੋ ਜਾਂਦਾ ਹੈ ਗੁਰਸਿੱਖ ਤੇ ਅੰਤਰਮੁਖੀ ਜਿਹੜੀ ਸੁਰਤੀ ਰਹਿੰਦੀ ਹੈ ਉਹ ਉਹ ਬਾਹਰ ਲੀਆਂ ਜਿਹੜੀਆਂ ਗੱਲਾਂ ਹਨ ਉਹ ਉੱਥੇ ਕੀ ਹੋ ਰਿਹਾ ਉੱਥੇ ਕੀ ਹੋ ਰਿਹਾ ਇਹਨਾਂ ਗੱਲਾਂ ਵੱਲ ਨਹੀਂ ਪੈਂਦਾ ਉਹ ਇਸ ਸਵਰਤੀ ਇਹ ਪਾਸੇ ਆਉਂਦੀ ਨਹੀਂ ਹੈ ਧਿਆਨ ਅੰਦਰ ਰਿੰਦਾ ਬਾਹਰ ਮੁਖੀ ਸਵਰਤੀ ਜਿਹੜੀ ਹੈ ਇਹ ਅੰਤਰਮੁਖੀ ਹੋ ਜਾਂਦੀ ਹੈ ਸੁਰਤ ਅੰਤਰਮੁਖੀ ਹੋ ਜਾਂਦਾ ਧਿਆਨ ਹੀ ਅੰਦਰ ਰਿੰਦਾ ਹੈ ਉੱਥੇ ਅੰਮ੍ਰਿਤ ਪੀਂਦਾ ਰਹਿੰਦਾ ਹੈ ਸੁਰਤੀ ਦੇਣਾ ਲਾਥੇ ਸਗਲ ਸੂਰੇ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦਾ ਚਿੰਤਾ ਕਿਉਂ ਹੈ ਥੱਲੇ ਤੋਂ ਤੁਰ ਤੁਰੀ ਫਿਰਦੀ ਇਸ ਸਤਿਸ਼ਾਗੀ ਮੇਰੀ ਆ ਵੀ ਕਾਮਨਾ ਅਜੇ ਰਹਿੰਦੀ ਹੈ ਆ ਵੀ ਕਾਮ ਦੁਨਿਆਵੀ ਇਹ ਵੀ ਰਹਿੰਦਾ ਹੈ ਆ ਵੀ ਰਹਿੰਦਾ ਹੈ ਇਸ ਕਰਕੇ ਇਹ ਚਿੰਤਾਵਾਂ ਇਹ ਸੀ ਇਸ ਕਰਕੇ ਸੀ ਪੂਰਨ ਪੁਰਖ ਅਚੁੱਤ ਅਬਨਾਸੀ ਜਸ ਵੇਦ ਪ੍ਰਾਣੀ ਹੈ ਇਹ ਗੱਲ ਕਹਿੰਦੇ ਵਾਹਿਗੁਰੂ ਪਰਮੇਸ਼ਰ ਜੋ ਪੂਰਨ ਪੁਰਖ ਵਾਹਿਗੁਰੂ ਹੈ ਜੋ ਸਾਡੇ ਦਸਵੇਂ ਦਵਾਰ ਦੇ ਵਿੱਚ ਹੈ ਉਹ ਅਚੁੱਤ ਹੈ ਨਾਸ ਤੋਂ ਰਹਿਤ ਹੈ ਅਬਨਾਸੀ ਹੈ ਅਬਨਾਸੀ ਦਾ ਅਰਥ ਵੀ ਨਾਸ ਤੋਂ ਰਹਿਤ ਹੈ ਅਚੁੱਤ ਦਾ ਮਤਲਬ ਵੀ ਨਾਸ ਤੋਂ ਰਹਿਤ ਹੈ ਜਿਸ ਦਾ ਜਿਹੜਾ ਜਸ ਹੈ ਧਰਮ ਗ੍ਰੰਥਾਂ ਵੇਦਾਂ ਪ੍ਰਾਣਾ ਚ ਵੀ ਗਾਇਆ ਹੈ ਜਿਸ ਦੀਆਂ ਗੱਲਾਂ ਵੇਦਾਂ ਪ੍ਰਾਣਾ ਚ ਵੀ ਗਾਈਆਂ ਕੀਤੀਆਂ ਗਿਆ ਆਪਣਾ ਮਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਤੇ ਆ ਉਹਨੇ ਆਪਣਾ ਮਿਰਦ ਰੱਖਿਆ ਕਿਵੇਂ ਕਿ ਸੰਤਾਂ ਨੇ ਕਾਰਜ ਸ਼ੁਰੂ ਕੀਤਾ ਉਹਨੂੰ ਮਿਲਣ ਵਾਸਤੇ ਜਿਹਨੂੰ ਮਿਲਣ ਵਾਸਤੇ ਜਾਣਾ ਸੀ ਉਹ ਵਾਹਿਗੁਰੂ ਪਰਮੇਸ਼ਰ ਨੇ ਆਪ ਮਦਦ ਕੀਤੀ ਸੰਤਾਂ ਦਾ ਆਪ ਕੋਲੇ ਆ ਮਿਲ ਆਪ ਉਹਨਾਂ ਦੀ ਮਦਦ ਹਾਜ਼ਰ ਹੋ ਗਿਆ ਇਸ ਕੰਮ ਦੇ ਵਿੱਚ ਉਹ ਜਿਹੜੇ ਹਨ ਬਾਹਰੀ ਸੰਸਾਰ ਦੇ ਨਾਲ ਸਾਡੇ ਸੰਬੰਧ ਹਨ ਉਹ ਅਜੇ ਹੀ ਲੋਕਾਂ ਦੇ ਨਾਲ ਸਾਡਾ ਮਲਾਪ ਕਰਾਉਣ ਲੱਪਿੰਦਾ ਹੈ ਜਿਹੜੇ ਇਸ ਪਾਸੇ ਨੂੰ ਤੁਰੇ ਹੋਏ ਹਨ ਜਦੋਂ ਜਿਹੜੀ ਸਾਡੀ ਸੁਰਤ ਹੈ ਨਾ ਜਿਹੜਾ ਜੋ ਸਾਡੇ ਅੰਸਰਤੀ ਜਿਹੜੀ ਸਾਡੀ ਹੈ ਜਿੱਦਾਂ ਆਪਾਂ ਸੋਚਦੇ ਹਾਂ ਜੋ ਇਹ ਜਦੋਂ ਬਾਹਰਮਕ ਦੁਨੀਆ ਵੱਲ ਹੋਵੇ ਬਾਹਰ ਦੀਆਂ ਗੱਲਾਂ ਸੋਚਦੀ ਹੈ ਫਿਰ ਬਾਹਰਲੇ ਲੋਕਾਂ ਨਾਲ ਤਾਲਮਿਲ ਕਰਦੀ ਹੈ ਉਹ ਮੇਰੀ ਮਰਜ਼ ਕਰੇਗਾ ਉਹ ਕਰੇਗਾ ਉਹ ਕਰੇਗਾ ਜਦੋਂ ਇਸ ਪਾਸੇ ਨੂੰ ਤੁਰ ਪਿਆ ਫਿਰ ਇਹਦੇ ਵਾਸਤੇ ਉਹਨਾਂ ਲੋਕਾਂ ਦੀ ਭਾਲ ਹੈ ਜਿਹੜਿਆਂ ਦੀ ਜਿਹੜੇ ਇਸ ਪਾਸੇ ਲੱਗੇ ਇਸ ਪਾਸੇ ਨੂੰ ਤੁਰੇ ਹੋਏ ਕੀ ਉਹ ਫਿਰ ਕੀ ਕੀਤਾ ਮਹਾਰਾਜ ਨੇ ਦੱਸਿਆ ਬਾਣੀ ਨੇ ਦੱਸਿਆ ਕਿ ਨਾਮ ਤੇ ਫੇ ਨਾਮ ਤੇ ਆਉਣ ਲੱਗ ਪਿਆ। ਭਗ ਉੱਥੇ ਜਾ ਕੇ ਆਪਣੀ ਸੁਰਤ ਨੂੰ ਨਾਮ ਦੇ ਵਿੱਚ ਜੋੜਦਾ ਹੈ। ਹੁਣ ਨਾਮ ਜਿਹੜਾ ਹੈ ਇਹ ਨਾਮ ਆ ਜਿਹੜਾ ਨਾਮ ਆਪਾਂ ਜਪਦੇ ਹਾਂ ਇਹ ਨਾਮ ਨਹੀਂ ਹੈ। ਵਾਹਿਗੁਰੂ ਜਰਾ ਕਹਿੰਦੇ ਹਨ ਨਾ ਇਹ ਨਾਮ ਅੱਖਰਾਂ ਦਾ ਨਾਮ ਹੈ। ਉਹ ਉਹ ਨਾਮ ਜਿਹੜਾ ਹੈ ਉਹ ਨੂੰ ਅਨਹਦ ਬਾਣੀ ਜੀ ਨੂੰ ਕਿਹਾ ਉਹ ਨਾਮ ਹੈ। ਜਿਹੜੀ ਦਸਮ ਦਾ ਉਹ ਉਹ ਸ਼ਬਦ ਉਹ ਹੈ। ਉਹਦੇ ਜਿ ਸੁਰਤੀ ਜੋੜ ਲਈ ਆਪਣੀ ਸੁਰਤੀ ਉੱਥੇ ਚਲੇਗੀ ਤੇ ਹੁਣ ਉਸ ਸ਼ਬਦ ਨੂੰ ਸੁਣਨਾ ਸ਼ੁਰੂ ਕਰਦਾ ਆ ਕੰਨ ਵੀ ਸੁਣਨਾ ਬੰਦ ਹੋ ਗਏ ਇਹਨ ਮਾਰਨ ਕਿ ਸੁਣ ਸਮਾਦ ਅਨਹਤੈ ਨਾਦ ਕਹਿਣਾ ਚਾਹੀਏ ਚਰਜ ਬਿਸਮਾਰ ਦੱਸਣ ਵਾਲੀਆਂ ਗੱਲਾਂ ਨਹੀਂ ਹਨ ਤੇਨ ਦੇਖਿਆ ਜਿ ਸਾਬ ਦਿਖਾਏ ਨਾਂ ਤੇ ਸੰਸੂਜੀ ਪਏ ਇਹ ਨੌਨੇ ਦਾ ਅਮਰਤ ਪ੍ਰਭ ਦਾ ਨਾਮ ਜਿਹੜਾ ਹੈ ਨਾ ਇਹ ਇਹ ਹੈ ਇੱਥੇ ਹੈ ਸਗੇ ਇਹ ਉਹ ਰਿਆਨ ਜਿਹੜਾ ਨਾਮ ਪ੍ਰਗਟ ਹੁੰਦਾ ਹੈ ਨਾ ਸਾਗੇ ਅੰਦਰ ਜਿਹੜਾ ਮਹਾਰਾਜ ਨੇ ਕਿਹਾ ਨਾਮ ਪ੍ਰਗਟ ਹੁੰਦਾ ਹੈ ਉਹ ਨਾਮ ਪ੍ਰਗਟ ਹੋਣ ਦਾ ਮਤਲਬ ਇਹ ਹੈ ਇਹ ਇਹ ਸ਼ਬਦ ਦੇ ਵਿੱਚ ਮਹਾਰਾਜ ਨੇ ਸਾਰੀਆਂ ਗੱਲਾਂ ਸੁਣਿਆ ਫਿਰ ਉਹਦੇ ਵਿੱਚ ਸੁਰਤੀ ਜੁੜ ਗਈ ਫਿਰ ਸਵਾਸ ਵੀ ਕਾਬੂ ਚ ਆ ਗਏ ਹੁਣ ਹੁਣ ਸਵਾਸਾਂ ਵੱਲ ਧਿਆਨ ਨਹੀਂ ਹੈ ਪਹਿਲਾਂ ਸਵਾਸਾਂ ਵੱਲ ਧਿਆਨ ਰੱਖ ਕੇ ਨਾਮ ਜਪਦਾ ਸੀ ਹੁਣ ਹੁਣ ਸਵਾਸਾਂ ਵੱਲ ਧਿਆਨ ਨਹੀਂ ਹੈ ਹੁਣ ਕਿੱਥੇ ਹੈ ਸੁਰਤੀ ਉੱਥੇ ਕਿੱਗੀ ਹੈ ਜਿਹਨੂੰ ਸੁਣਨ ਸਮਾਧਿਆ ਹੈ ਇਥੇ ਨਿਕੂ ਫਰਨਾ ਹੈ ਇਥੇ ਰਸ ਪੀਰ ਹੈ ਆਨੰਦ ਆ ਰਿਹਾ ਹੈ ਛਾਵਣ ਨੂੰ ਸੁਣਦਿਆਂ ਹੋਇਆਂ ਆਨੰਦ ਆ ਰਿਹਾ ਸੋ ਇਹ ਕਾਇਮ ਲੱਗਦਾ ਹੈ ਥੋੜਾ ਸਮਾਂ ਲੱਗਦਾ ਹੈ ਪਹਿਲਾਂ ਤਾਂ ਇਸ ਸੁਰਤ ਜਿਹੜੀ ਉੱਥੇ ਪਹੁੰਚੇ ਉਸ ਥਾਂ ਦੇ ਉਸ ਅਮਰ ਨਪਰੀ ਹੋਸ ਰਵਰ ਤੱਕ ਪਹੁੰਚ ਜਵੇ ਨਾ ਫਿਰ ਉੱਥੇ ਜਾ ਕੇ ਕਿਗੇ ਉੱਥੇ ਅ ਸੰਸਾਰੀ ਫਰਨੇ ਤਾਂ ਹਟ ਜਾਣਗੇ ਉਦੋਂ ਜਦੋਂ ਤੇ ਜਾ ਕਰਾਂ ਲਾਂਗੇ ਸੰਸਾਰੀ ਫੁਰਨੇ ਉਹ ਨਜਰੇ ਜਿਹਨਾਂ ਆਪਾਂ ਅੱਖਾਂ ਕੰਨ ਨੱਕ ਮੂੰਹ ਇਹ ਚਮੜੀ ਇਹ ਇੰਦਰੇ ਕੰਮ ਕਰ ਰਹੇ ਹਨ ਉਹ ਨਜਰੇ ਸੰਸਾਰੀ ਫੁਰਨੇ ਆਉਂਦੇ ਹਨ ਇੱਥੇ ਜਾ ਕੇ ਸੰਸਾਰੀ ਫੁਰਨੇ ਖਤਮ ਹੋ ਜਾਂਦੇ ਹਨ ਸੋ ਤੇ ਉਹ ਨਾਲ ਸ਼ੁਰੂ ਕਰ ਦਿੱਤਾ ਹੁਣ ਸੁਰਤੀ ਕਿ ਕਣੀ ਸ਼ੁਰੂ ਹੋ ਗਈ ਉੱਥੇ ਧਿਆਨ ਜੁੜਿਆ ਸ਼ਬਦਾਂ ਨੂੰ ਸੁਣੀ ਜਾਂਦਾ ਇਹ ਇਹਨੂੰ ਮਹਾਰਾਜ ਨੇ ਕਿਹਾ ਹੈ ਨੌ ਦਰ ਖਾ ਕੇ ਤਾਪ ਤਰਹਾਏ ਦਸਵੇਂ ਨਿਜ ਕਰਵਾਸਾ ਪਾਏ ਉਥੇ ਅਨਹਦ ਸ਼ਬਦ ਵਜਾਇ ਤੇ ਨਰਾਤੀ ਗੁਰਮਤੀ ਸ਼ਬਦ ਸੁਣਾਉਣਿਆ ਇਹ ਸ਼ਬਦਾ ਵੱਜਦਾ ਹੈ ਇਹਨੂੰ ਇੱਥੋਂ ਤੱਕ ਪਹੁੰਚਣ ਵਾਸਤੇ ਇਹ ਰੱਬੀ ਆਵਾਜ਼ ਹੈ ਇਹਨੂੰ ਰੱਬੀ ਆਵਾਜ਼ ਕਹਿੰਦੇ ਹਨ ਇਹ ਰਬਦੀ ਆਵਾਜ਼ ਹੀ ਨਹ ਕਹਿੰਦੇ ਹਨ ਜੋਗੀਆਂ ਦਾ ਇੱਕ ਆਪਣਾ ਢੰਗ ਹੈ ਉਹ ਹੋਰ ਤਰੀਕੇ ਨਾਲ ਕਰਦੇ ਹਨ ਬੜੀ ਲੰਮੀ ਔਖੀ ਸਾਧਨਾ ਹੈ ਸਾਨੂੰ ਤਰੀਕਾ ਦੱਸਦਾ ਹੈ ਸਾਗਾ ਜੋ ਕੀ ਹੈ ਜੋਗ ਬਣਿਆ ਤੇਰਾ ਕੀਰਤਨ ਗਾਈ ਕੀਰਤਨ ਦੀਸਾਂ ਨੂੰ ਕਦਰ ਨਹੀਂ ਹੈ ਵਾਹਿਗੁਰੂ ਦਾ ਜਾਸ ਕਰਨਾ ਜਿਹੜਾ ਹੈ ਇਹ ਇਹ ਜੋਗ ਇਹ ਜੋਗ ਹੈ ਗੁਰਮਤ ਦਾ ਜੁੜਨ ਦਾ ਤਰੀਕਾ ਜੋਗ ਦਾ ਮਨ ਜੁੜਨ ਦਾ ਤਰੀਕਾ ਇਕਾਗਰਤਾ ਦਾ ਤਰੀਕਾ ਇੱਥੋਂ ਤੱਕ ਪਹੁੰਚਣ ਦਾ ਤਰੀਕਾ ਹੈ ਛ ਇੱਥੇ ਜਾ ਕੇ ਫਿਰ ਇਸ ਅੰਮ੍ਰਿਤ ਨੂੰ ਪੀ ਜਾਂਦਾ ਹੈ ਆਤਮਿਕ ਰਸ ਪੈਦਾ ਹੁੰਦਾ ਹੈ ਜਿਸ ਦਾ ਸਹਸਜ ਦੇ ਨਾਲ ਬਾਕੀ ਸਾਰੇ ਸਰੀਰ ਤੇ ਅਸਰ ਹੋ ਹੀ ਜਾਂਦਾ ਹੈ ਇਹ ਪਹਿਲਾਂ ਤਾਂ ਉੱਥੇ ਹੀ ਜਾ ਕੇ ਕੀ ਕਿਹਾ ਨਾ ਆਨੰਦ ਮਾਨਣਾ ਸ਼ੁਰੂ ਕਰ ਦਿੱਤਾ ਇਹ ਪਹਿਲਾਂ ਤਾਂ ਥੋੜਾ ਦੇਖੋ ਕਾਇਮ ਬੈਕਣਾ ਬਿੰਦਾ ਫਿਰ ਤੁਸੀਂ ਤੁਰਦੇ ਆ ਫਿਰਦੇ ਆ ਤੁਹਾਡੀ ਸੁਰਤੀ ਇੱਥੇ ਰਹੇਗੀ ਤੁਸੀਂ ਕੰਮ ਕਰ ਰਹੇ ਹੋ ਗੱਲਾਂ ਬਾਤਾਂ ਕਰ ਰਹੇ ਹੋ ਤੁਹਾਡੀ ਤੁਸੀਂ ਇਸ sorte ਜਿਹੜੀ ਉੱਥੇ ਕੀ ਰਹਣੀ ਹੈ ਇਹਨੇ ਉਹ ਸ਼ਬਦ ਦੇ ਵਿੱਚ ਧਿਆਨ ਦਿੱਤਾ ਗਿਆ ਤੇ ਅਨੋਟੇਰਨਾ ਸੰਸਾਰ ਵਿੱਚ ਵਿਚਰ ਮਹਾਰਾਜ ਸੰਸਾਰ ਵਿੱਚ ਵਿਚਰਦੇ ਹੋਇਆ ਦੇਖ ਲਓ ਸਾਰੇ ਕੰਮ ਵੀ ਕਰਦੇ ਰਹੇ ਤੇ ਨਾਲੇ ਸੁਰਤੀ ਕਿੱਥੇ ਹੈ ਇਹ ਚੱਕੀ ਕੀ ਹੋਈ ਹੈ ਇਹ ਅੰਦਰ ਕਰਤਾਰ ਨੂੰ ਮਿਲਣਾ ਜਿਹੜਾ ਵਾਹਿਗੁਰੂ ਨੂੰ ਮਿਲਣਾ ਜਿਹੜਾ ਹੈ ਇਹ ਹੈ ਕਾਰਜ ਸੰਪਤਾ ਦਾ ਇਸ ਕਾਰਜ ਨੂੰ ਪੂਰਾ ਕਰਨ ਵਾਸਤੇ ਵਾਹਿਗੁਰੂ ਨੇ ਮਦਦ ਕੀਤੀ ਨਾਮ ਨੇਦ ਸਿੱਧ ਰਤੇ ਦੀਨੇ ਕਰਤੇ ਤੁਰਗਣਾਵੇ ਕਾ ਇਰਾਨ ਹੁਣ ਇਹ ਆਤਮਿਕ ਤਾਕਤਾਂ ਹਨ ਰਿੱਧੀਆਂ ਸਿੱਧੀਆਂ ਜਿਵੇਂ ਮਕਾਨ ਬਣਾਉਣ ਦੇ ਵਾਸਤੇ ਆਪਾਂ ਨੂੰ ਧਨ ਚਾਹੀਦਾ ਹੈ ਨਾ ਹੋਰ ਸਮਾਨ ਬੰਦਿਆਂ ਦੀ ਲੋੜ ਹੈ ਮਦਦ ਦੀ ਇਹ ਸਾਰਾ ਕੁਝ ਇਸੇ ਤਰ੍ਹਾਂ ਇਸ ਪਾਸੇ ਆਤਮਿਕ ਤਾਕਤਾਂ ਦੀ ਲੋੜ ਹੈ ਆਤਮਿਕ ਸ਼ਕਤੀਆਂ ਦੀ ਲੋੜ ਹੈ ਜਿਵੇਂ ਜਿਵੇਂ ਮਨੇ ਕਾਗਰ ਹੋਈ ਜਾਏਗਾ ਮੰਤ ਇੱਕ ਬਹੁਤ ਵੱਡੀ ਸ਼ਕਤੀ ਹੈ ਸਾਰੀਆਂ ਸ਼ਕਤੀਆਂ ਜਿਹੜੀਆਂ ਹਨ ਇਹ ਰਿੱਧੀਆਂ ਸਿੱਧੀਆਂ ਨਾਉਂਦੇ ਦੀਆਂ ਇਹ ਸਭ ਇਹਦੇ ਵਿੱਚ ਹੀ ਪੈਖੀਆਂ ਹੋਈਆਂ ਹਨ ਇਕਾਗਰ ਜਦੋਂ ਹੋ ਜਾਂਦਾ ਹੈ ਪਰਕਟ ਹੋ ਜਾਂਦੀਆਂ ਹਨ ਦੇਖੋ ਜਿਹੜੇ ਗੁਰਮਖੰਦੇ ਰੱਬ ਦੇ ਪਿਆਰੇ ਹਨ ਉਹ ਸੋਚਦੇ ਹਨ ਨਾ ਜੋ ਪੂਰਾ ਹੋ ਜਾਂਦਾ ਕਿਉਂ ਕਿ ਉਹ ਜੋ ਉਹਨਾਂ ਦੇ ਮਨ ਚ ਫੁਰਨਾ ਉਸ ਫੁਰਨ ਪੂਰਨ ਕਰਨ ਵਾਲਾ ਤੇ ਅੰਦਰ ਬੈਠਾ ਹੋਇਆ ਹੈ ਨਾ ਉਹਨਾਂ ਦੇ ਉਸੇ ਗੱਲ ਉਹਨਾਂ ਦੀ ਉੱਥੇ ਕਨੈਕਸ਼ਨ ਉੱਥੇ ਜੜ ਜਾਂਦਾ ਹੈ ਉਹਨਾਂ ਦੀ ਗੱਲ ਉਸੇ ਰੇ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਤਰੰਤ ਜਿਹੜਾ ਪਹਿ ਕਹਿੰਦੇ ਨਾ ਸਾਧੂ ਬੋਲੇ ਸਹਿਸ ਬਾਇ ਸਾਧੂ ਕਾ ਬੋਲੇ ਆ ਵੇ ਤਾ ਨਾ ਜਾਏ બસ ਹੱਸ ਕੇ ਬਾਈ ਗੱਲ ਕਰਨੀ ਹੈ ਪੂਰੀ ਹੋ ਜਾਣੀ ਹੈ ਪ੍ਰਭ ਜੀ ਬਸ ਇਹ ਸਾਧ ਕੀ ਰਸਨਾ ਕਰਦੇ ਆਂ ਕਰਦੇ ਆਂ ਹਾਜ਼ਰ ਹੋ ਗਿਆ ਵਾਹਿਗੁਰੂ ਹੋ ਗਿਆ ਕੋਈ ਕਮੀ ਨਹੀਂ ਹੈ ਇਸ ਪਾਸ ਇਹ ਇਹ ਇੰਨੀ ਇੰਨੀ ਵੱਡੀ ਤਾਕਤਾਂ ਜਿਹੜੀਆਂ ਹਨ ਇਹ ਸਾਰੀਆਂ ਹਾਜ਼ਰ ਹੋ ਜਾਂਦੀਆਂ ਹਨ ਇਹ ਇਹਨਾਂ ਨੂੰ ਜਿੰਨਾ ਮਰਜੀ ਵਰਤੇ ਵਰਤਾਵੇ ਪਰ ਗੁਰਮਤਿ ਜੇ ਆਗਿਆ ਨਹੀਂ ਹੈ ਮਹਾਰਾਜ ਨੇ ਇਹ ਸਦਾ ਸੰਕੋਚ ਕਰਨੀ ਕਿਹਾ ਕਿਉਂਕਿ ਇਹ ਇਹ ਇੰਤਜ਼ਾਰ ਦੱਸਾ ਮੋਹ ਹੈ ਕੇ ਨਾਮ ਨਵਸੇ ਨਾਮ ਤੋਂ ਤੋੜ ਦੇਣਗੇ ਜੇ ਆਪਾਂ ਦੁਨੀਆ ਵਾਲੇ ਪਾਸੇ ਨ ਦਰਪੇ ਨਾ ਲੋਕਾਂ ਦੇ ਭਲੇ ਵਾਸਤੇ ਦਰਪੇ ਤਾਂ ਉਹ ਫਿਰ ਜੋ ਤੱਕ ਪਉਣਾ ਕਹਿੰਦੇ ਹੈ ਕੋਈ ਬਿਮਾਰ ਹੋਏ ਆਏਗਾ ਬਾਬਾ ਜੀ ਮੇਰੇ ਤੇ ਕਿਰਪਾ ਕਰ ਦੇ ਮੇਰੀ ਬਿਮਾਰੀ ਦੂਰ ਕਰ ਦੇ ਕੋਈ ਹੋਰ ਆਗਾ ਜੀ ਮੇਰਾ ਆ ਕੰਮ ਅਟਕਿਆ ਹੈ ਇਹਦੇ 'ਚ ਮਦਦ ਕਰ ਦੇ ਹੁਣ ਇਹ ਲੋਕੀ ਨੋਕੀ ਤੁਹਾਨੂੰ ਆ ਕੇ ਪੈਰੀ ਹੱਥ ਲਾਉਣਗੇ ਮੱਥਾ ਟੇਕਣਗੇ ਤੁਸੀਂ ਫਿਰ ਤਾਗੇ ਜਿਹੜੀ ਕੀਤੀ ਕਮਾਈ ਖਾਲੀ ਹੋ ਜਿੰਦੇ ਆਂ ਤਾਗੇ ਮਨ ਚ ਪਰਮ ਆ ਜਾਏਗਾ ਬੜਾ ਕੁਛ ਆ ਉਹ ਲੋਕੀ ਲਈਗਾ ਆਪ ਖਾਲੀ ਦਿਖਾ ਲਈ ਰਹੇ ਬੜੇ ਬੜੇ ਵੱਡੇ ਸੰਤ ਖਾਲੀ ਹੋ ਗਏ ਪਹਿਲਾਂ ਬੜਾ ਕੁਛ ਹੋਇਆ ਉਹ ਮੁੜ ਕੇ ਲੜਾਈਆਂ ਕਿਉਂ ਹੁੰਦੀਆਂ ਉੱਥੇ ਉਹ ਜੋ ਕਮਾਈ ਨਹੀਂ ਕੀਤੀ ਕਿਸੇ ਇੱਕ ਮਹਾਤਮਾ ਨੇ ਕਮਾਈ ਕਰ ਲਈ ਉੱਥੇ ਉਹ ਡੇਰਾ ਬਣ ਗਿਆ ਉਸ ਤੋਂ ਬਾਅਦ ਲਿਆਂ ਨੇ ਕੀਤੀ ਨਹੀਂ ਉਹ ਕੇਵਲ ਉਦਾਂ ਹੀ ਸੰਤ ਬਣ ਕੇ ਵੇਖਤਾਰਨ ਕਰਕੇ ਉਹ ਮੁੜ ਕੇ ਕੁਛ ਬਣਿਆ ਨਹੀਂ ਖਾਤ ਖਰਚ ਤੇ ਬਿਲਸ਼ਨ ਸੁਖ ਪਾਇਆ ਕਰਤੇ ਕੀ ਦਾਸ ਵਾਈ ਰਾਨਾ ਇਹ ਫਿਰ ਜਿੰਨਾ ਬੜਾ ਆਨੰਦ ਹੈ ਆਨੰਦ ਦੀ ਵਸਤਾ ਹੈ ਵਾਹਿਗੁਰੂ ਦੀ ਇਹ ਦਾਤ ਵੱਧਦੀ ਜਾਂਦੀ ਹੈ ਹੋਰ ਆਤਮਿਕਤਾਤ ਹੋਰ ਆਤਮਿਕਤਾ ਰਬ ਦਾ ਪਿਆਰਾ ਜਰ ਕੇ ਰਹਦਾ ਹੈ ਇਹ ਹਜ਼ਾਰ ਵਸਤਾ ਨੂੰ ਜਰਨਾ ਹੈ ਮਤਲਬ ਜਿੰਨਾ ਇਸ ਨੂੰ ਵਖਾਵਾ ਨਹੀਂ ਕਰਨਾ ਹੈ ਮਤਲਬ ਜ ਜ ਮਾਨ ਹੁੰਦੇ ਹੋਏ ਨਾ ਮਾਨਾ ਤਾਨ ਹੁੰਦੇ ਹੋਏ ਨਾ ਤਾਨਾ ਜਿਹੜਾ ਮਹਾਰਾਜ ਨੇ ਕਿਹਾ ਹੈ ਨਾ ਇਹ ਫਿਰ ਉਹ ਇਸ ਗੱਲ ਨੂੰ ਸਮਝ ਕੇ ਅੰਤਰਮੁਖੀ ਹੋ ਜਾਂਦਾ ਹੈ ਬਹੁਤਾ ਦੁਨਿਆਵੀ ਵਿੱਚ ਮੇਲਿਆਂ 'ਚ ਨਹੀਂ ਪੈਂਦਾ ਹੈ ਤੇ ਉਹਦਾ ਨੰਦ ਮਾਨਦਾਰੀ ਦਾ ਹੈ ਹੋਰ ਦਾਤ ਦਾਤ ਸੋਈ ਇਹਨੂੰ ਕੋਈ ਕਹਿੰਦਾ ਜਾਈ ਅੰਤਰਜਾਮੀ ਪਾਇਆ ਅੰਤਰਜਾਮੀ ਦਰਦੀਆਂ ਜਾਣਨ ਵਾਲਾ ਵਾਹਿਗੁਰੂ ਮਿਲ ਗਿਆ ਇਨੀਆਂ ਦਾਤਾਂ ਬਖਸ਼ ਦਿੱਤੀਆਂ ਹੁਣ ਨਹੀਂ ਮੁੱਕਦੀਆਂ ਹੈ ਤੁਸੀਂ ਦੇਖ ਲਓ ਜਿਹੜਾ ਵਾਹਿਗੁਰੂ ਦਾ ਪਿਆਰਾ ਇੱਕੋਰੀ ਵਾਹਿਗੁਰੂ ਨਾਲ ਇੱਕ ਮੇਕ ਹੋ ਗਿਆ ਨਾ ਉੱਥੇ ਕਿਸੇ ਵੀ ਗੱਲ ਦੀ ਕਮੀ ਨਹੀਂ ਹੈ ਦੁਨਿਆਵੀ ਲੋਕ ਹੈਰਾਨ ਹੁੰਦੇ ਇੱਥੇ ਬਾਬੇ ਦੇ ਕੋਲ ਐਨਾ ਕੋਈ ਆਈ ਕਿੱਥੋਂ ਜਾਂਦਾ ਹੈ ਰੱਬ ਦੇ ਪਿਆਰੇ ਅਸੀਂ ਤੇ ਇੱਕ ਘਰ ਬਣਾਉਨੇ ਹਨਾ ਆਪਣਾ ਛੋੜਾ ਜਾਂ ਬੜੇ ਖੁਸ਼ ਹੋ ਜਣੇ ਆ ਰੱਬ ਦੇ ਪਿਆਰੇ ਪਿੰਡ ਵਸਾਉਂਦੇ ਹਨ ਰੱਬ ਦੇ ਪਿਆਰੇ ਸ਼ਹਿਰ ਬਸਾਉਂਦੇ ਹਨ। ਰੱਬ ਦੇ ਪਿਆਰੇ ਦੇਸ਼ ਬਸਾਉਂਦੇ ਹਨ। ਦੇਖੋ ਫਰਕ ਇਹ ਹੈ। ਸਾਡੇ ਉਹਨਾਂ ਵਿੱਚ ਗੁਰੂ ਮਾਰਾਜ ਨੇ ਆਪਣਾ ਘਰ ਨਹੀਂ ਬਣਾਇਆ ਕੋਈ। ਨਗਰ ਨਗਰ ਬਣਾਇਆ ਹੈ। ਚਰਤਾਰ ਪਰਵਸਾਇਆ, ਆਨੰਦਪੁਰ ਵਸਾਇਆ, ਅੰਮ੍ਰਿਤਸਰ ਵਸਾਇਆ, ਗੋਇੰਦਵਾਲ ਵਸਾਇਆ ਦੇਖ ਲਓ। ਨਗਰ ਬਸਾਇਆ ਹੈ। ਕੋਲਕ ਵਿਗਨ ਸਗਲੇ ਉੱਠ ਨਾਖੇ ਦੁੱਖ ਨਾ ਨੇੜੇ ਆਇਆ। ਸਾਰੇ ਵਿਗਨਾਂ ਦਾ ਨਾਸ ਹੋ ਗਿਆ ਕਿਉਂਕਿ ਹੁਣ ਵਾਹਿਗੁਰੂ ਹਾਜ਼ਰ ਹੋ ਗਿਆ ਨਾ। ਵਿਗਨ ਮਨ ਆਸਨ ਸਭ ਦੁਖ ਨਾਸਨ ਸਤਗੁਰ ਨਾਮ ਦਾ ਲਾਇਆ ਖੋਏ ਪਾਪ پیسہ ਪਉਣ ਜਨਾਨ ਸੁਖ ਕਰਾ ਵਿਗਨ ਕਰਕੇ ਦੁਖੀ ਸੀ ਵਿਗਨ ਖਤਮ ਹੋ ਗਏ ਸ਼ਾਂਤ ਸਹਿਜ ਆਨੰਦ ਕਨੇਰੇ ਬਿਨ ਸੀ ਸੁਖ ਭੋਗ ਸਵਾਈ ਬੜਾ ਸ਼ਾਂਤ ਹੋ ਗਿਆ ਆਨੰਦ ਬਹੁਤ ਕਨੇਰਾ ਆਨੰਦ ਆਨੰਦ ਦੀ ਵਸਤਾ ਹੈ ਸਾਰੀਆਂ ਭੁੱਖਾਂ ਹੀ ਦੂਰ ਹੋ ਗਏ ਇੱਥੇ ਨਹੀਂ ਰੱਬ ਦਾ ਪਿਆਰਾ ਕੋਈ ਭੁੱਖ ਦਖਾਉਂਦਾ ਸਾਰੀਆਂ ਭੁੱਖਾਂ ਹੀ ਦੂਰ ਹੋ ਸਗੋਂ ਇਨਾ ਵਾਹਿਗੁਰੂ ਨੇ ਹਾਲ ਕਰ ਦਿੰਦਾ ਉਸ ਨੂੰ ਕਿ ਉਹ ਦਾਤਾ ਬਣਾ ਦਿੰਦਾ ਹੈ ਉਸ ਨੂੰ ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨੇ ਪਾਸ਼ਾ ਇਹ ਆਪ ਪਿਛੇ ਸੁਣ ਕੇ ਆਏ ਹਨ ਉਹ ਹੰਸ ਰਾਇ ਤੇ ਉਹਨਾਂ ਪਾਸ਼ਾ ਬਣਾ ਦਿੰਦਾ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਜਸ ਵਗਾਈ ਰਾਨ ਵਾਹਿਗੁਰੂ ਦੇ ਪਿਆਰੇ ਜਿਸ ਦੀਆਂ ਵਗਾਈਆਂ ਹੈਰਾਨ ਕਰਨ ਵਾਲੀਆਂ ਹਨ ਉਹਦੇ ਫੇਰ ਗੁਣ ਗਾਉਂਦੇ ਰਹਿੰਦੇ ਜਿਸ ਕਾ ਕਾਰਜ ਤੇ ਨਹੀਂ ਕੀਤਾ ਮਾਨਸ ਕਿਆ ਵਿਚਾਰਾ ਰਾਮ ਇਹ ਕਾਰਜ ਵਾਹਿਗੁਰੂ ਨੂੰ ਮਿਲਦਾ ਇਹ ਉਹਨੇ ਆਪ ਕੀਤਾ ਆਪ ਮਦਦ ਕੀਤੀ ਬੰਦਾ ਨਹੀਂ ਆਪਣੇ ਤਾਕਤ ਬੰਦੇ 'ਚ ਨਹੀਂ ਤਾਕਤ ਹੈ ਭਗਤ ਸੋਨ ਹਰ ਕੇ ਗੁਣ ਗਾਵ ਹੈ ਸਦਾ ਕਰਹਿ જયਕਾਰ ਆਰਾ ਉਹ ਵਾਹਿਗੁਰੂ ਦੇ ਦਰ ਤੇ ਉਹਦੇ ਗੁਣ ਗਾਈ ਜਾਂਦੇ ਹਨ ਆਨੰਦ ਮਾਣਦੇ ਹਨ ਇਸ ਦਾ ਵਾਹਿਗੁਰੂ ਦੀ ਜੈ ਜੈਕਾਰ ਕਰੀ ਜਾਂਦੇ ਹਨ ਗੁਣ ਗਾਏ ਗੋਬਿੰਦ ਆਨੰਦ ਉਪਜੈ ਸਾਧ ਸੰਗ ਸੰਗ ਬਣੀ ਬੜਾ ਆਨੰਦ ਆਉਂਦਾ ਹੈ ਫੇ ਸੰਗਤ ਨਾਲ ਪਿਆਰ ਹੋ ਜਾਂਦਾ ਹੈ ਉਹ ਫਿਰ ਉਹ ਕਿਉਂਕਿ ਮਾਰੇ ਕਹਿੰਦੇ ਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਆਪ ਜਪੋ ਅਵਰਹ ਨਾਮ ਜਪਾ ਬੋ ਸੰਤ ਕਹਿਤ ਰਹਿ ਉਸ ਉਹ ਸੰਤ ਦੀ ਫਿਰ ਗੁਰੂ ਕੀ ਲਾ ਦਿੰਦੇ ਹਨ ਤੂੰ ਹੁਣ ਆ ਕੰਮ ਕਰ ਜਿਵੇਂ ਤੂੰ ਆਨੰਦ ਦੀ ਅਵਸਥਾ 'ਚ ਆ ਗਿਆ ਨਾ ਦੂਜਿਆਂ ਨੂੰ ਵੀ ਲਿਆ ਇਸ ਪਾਸੇ ਨਾਲ ਉਹਨਾਂ ਨਾਲ ਮੇਤੌਰ ਉਹਨਾਂ ਨੂੰ ਲਾ ਦੇ ਇਸ ਪਾਸੇ ਆਹ ਸੰਤ ਫੇਸ ਪਾਸੇ ਲੱਗ ਪੈਂਦੇ ਹਨ ਸੰਤ ਜਿਹੜਾ ਹਰੀ ਦੇ ਨਾਲ ਜੁੜਦੇ ਕੋਈ ਜਨ ਹਰਿ ਸੋ ਦੇਵੇ ਜੋਰ ਜਿਹੜਾ ਵਾਹਿਗੁਰੂ ਨਾਲ ਜੋੜਦੇ ਉਹ ਸੰਤ ਹੈ ਉਹ ਕਿਸੇ ਦੀ ਬਿਮਾਰੀ ਦੂਰ ਕਰਦੀ ਕਿਸੇ ਦਾ ਕੋਈ ਕੰਮ ਹੋਗਾ ਇਹ ਇਹ ਤਾਂ ਛੋਟੀਆਂ ਥਲਿਆਰ ਇਹ ਤਾਂ ਸਿੱਧੀਆਂ ਦੀਆਂ ਗੱਲਾਂ ਹਨ ਸ਼ਰਮਖੰਡ ਦੀਆਂ ਗੱਲਾਂ ਹਨ ਜੋਗੀ ਲੋਕਾਂ ਦੀਆਂ ਗੱਲਾਂ ਹਨ ਇਹ ਥਲੇ ਦੀਆਂ ਗੱਲਾਂ ਹਨ ਸੰਤਰੀ ਵਸਦਾ ਕਰਮਖੰਡ ਦੀ ਹੈ ਵਾਹਿਗੁਰੂ ਭਗਤ ਸੋਹਣ ਹਰ ਕੇ ਗੁਣ ਗਾਵ ਹੈ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਆਨੰਦ ਉਪਜੈ ਸਾਧ ਸੰਗ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਜਿਸ ਪਰਮਾਤਮਾ ਨੇ ਕਿਰਪਾ ਕੀਤੀ ਤੇ ਦੇਖੋ ਕਿਸੇ ਦੇ ਅੰਦਰ ਫੁਰਨਾ ਆਉਂਦਾ ਹੈ ਕਿ ਮੈਂ ਰੱਬ ਨੂੰ ਮਿਲਾਂ ਛਾਗੇ ਅੰਦਰ ਫੁਰਨਾ ਆਏਗਾ ਨਾ ਵੀ ਮੈਂ ਆਇਆ ਤੇ ਇਹ ਬਾਣੀ ਪੜਦਾ ਪਰ ਨਹੀਂ ਆ ਜਾਏਗਾ ਸੰਗਤ ਬੈਠਿਆਂ ਵਿੱਚ ਆ ਜਾਏ ਮੈਂ ਵੀ ਰੱਬ ਨੂੰ ਮਿਲਾਂ ਫਿਰ ਉਹ ਉਦਮ ਕਰਾਉਣ ਲੱਗ ਪੈਂਦਾ ਆਪੋ ਦਮ ਕਰਾਉਂਦਾ ਹੈ ਵਾਹਿਗੁਰੂ ਕਹਿੰਦੇ ਉਹਨਾਂ ਦੀ ਵਰਗਾਈ ਜਿਹੜੀ ਹੈ ਪਰੇ ਤੋਂ ਪਰੇ ਹੈ ਜਿਨੂੰ ਦਮ ਕੀਆ ਤਾਲ ਕੇ ਰਾਤਿਸਕੀ ਉਮਾਂ ਗਾਨੀ ਜਿਨ੍ਹਾਂ ਨੇ ਉਦਮ ਕੀਤਾ ਇਸ ਪਾਸੇ ਇਸ ਤਾਲ ਦੇ ਤੱਕ ਪਹੁੰਚਣ ਲਈ ਇਸ ਤਾਲ ਨੂੰ ਅੰਮ੍ਰਿਤ ਜਲ ਨਾਲ ਭਰੇ ਹੋਇ ਤਾਲ ਤੱਕ ਪਹੁੰਚ ਕਰਨ ਲਈ ਇੱਥੇ ਨਿਤ ਦੁਬਕੀਆਂ ਲਾਉਣ ਲਈ ਆਨੰਦ ਮਾਣਨ ਲਈ ਉਨਾਂ ਦੀ ਯੋਗ ਮਾਪਰਿਤੋਂ ਪਰਿਆ ਹੈ ਅਕਸ਼ਕਤੀ ਤਿਤਪੋਨੇ ਕਰਿਆ ਮਹਾਨ ਨਰਮ ਜਾਰਾ ਚਾਰਾ ਦਾ ਅਰਥ ਹੈ ਸੁੰ ਸੁੰਦਰ ਆਤ ਸੁੰਦਰ ਜੀਵਨ ਉਹ ਨਾ ਦਾ ਬਣ ਗਿਆ ਉਹ ਸਾਧੂ ਹੀ ਤੀਰਥ ਬਣ ਜਾਂਦਾ ਜਿੱਥੇ ਉਹ ਸਾਧੂ ਬੈਠਾ ਹੈ ਉਹ ਸਥਾਨ ਹੀ ਤੀਰਥ ਬਣ ਜਾਂਦਾ ਅਕਸ਼ਕਤੀ ਜੇ ਸਾਧ ਭਗਤਰੇ ਜੇ ਤੇ ਐਸ ਅਵਸਥਾ ਦਾ ਮਾਲ ਕਰਾ ਬਦਾ ਪਿਆ ਰਾਜ ਰਹਾ ਹੈ ਉੱਥੇ ਲੋਕੀ ਯਾਤਰਾ ਕਰਦੇ ਆਉਂਦੇ ਹਨ ਚੇਚੇਤਾਰਦੇ ਸਾਰੇ ਕਿਰਿਆ ਪੁੰਨ ਕਿਰਿਆ ਧਰਮ ਕਰਮ ਜਿਹੜੇ ਹਨ ਇਹ ਸਾਰੇ ਸਫਲ ਹੋ ਜਾਂਦੇ ਹਨ ਪਤਿਤ ਪਾਵਨ ਬਿਰਤ ਸੁਆਮੀ ਨਾਨਕ ਸ਼ਬਦ ਆਸਰਾ ਵਾਹਿਗੁਰੂ ਪਰਮੇਸ਼ਰ ਜੋ ਹੈ ਉਹ ਪਾਪੀਆਂ ਨੂੰ ਹੀ ਪਵਿੱਤਰ ਕਰਨ ਵਾਲਾ ਹੈ ਪਰ ਕਰਦਾ ਕਿਹਨੂੰ ਹੈ ਜਿਨੇ ਸ਼ਬਦ ਆਸਰਾ ਲੈ ਲਿਆ ਸੱਜਣ ਠਾਕ ਨੇ ਗੁਰੂ ਨਾਨਕ ਦੇ ਬਖਸ਼ੇ ਸ਼ਬਦ ਆਸਰਾ ਲੈ ਲਿਆ ਲੱਗ ਗਿਆ ਸੰਤ ਬਣ ਗਿਆ ਕੌਗੇ ਰਾਖਸ਼ ਨੇ ਲੈ ਲਿਆ ਭੂਮੀ ਚੋਰ ਨੇ ਲੈ ਲਿਆ ਦੇਖ ਲੋ ਸੰਤ ਬਣ ਗਏ ਸਾਰੇ ਗੁਣਾਂ ਦਾ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀਜੈ ਰਾਮ ਵਾਹਿਗੁਰੂ ਪਰਮੇਸ਼ਰ ਗੁਣਾਂ ਦਾ ਖਜ਼ਾਨਾ ਹੈ ਸਭ ਕੁਝ ਕਰਨ ਕਰ ਸਮਰੱਥ ਹੈ ਕੀ ਉਸਤਤ ਕਰੀਏ ਕਿੰਨੀ ਕਵਗਾਈ ਕਰ ਸਕਦੇ ਹਾਂ ਸੰਤਾਂ ਕੀ ਬਣਾਂਤੀ ਸਵਾਮੀ ਨਾਮ ਮਹਾਰਸ ਦੀ ਜੇਰਾ ਸੰਤ ਕੀ ਕਹਿੰਦੇ ਹਨ ਵਾਹਿਗੁਰੂ ਜਿਓ ਮੈਨੂੰ ਨਾਮ ਦਾ ਰਸ ਬਖਸ਼ੋ ਇੱਕ ਨਾਮ ਹੈ ਇੱਕ ਨਾਮ ਦਾ ਰਸ ਹੈ ਨਾਮ ਤਾਂ ਸਾਰੇ ਜਪੀ ਜਾਂਦੇ ਹਨ ਪਰ ਰਸ ਕਿਸੇ ਵਰਲੇ ਨੂੰ ਹੁੰਦਾ ਹੈ ਈਓ ਦੀ ਕਿਰਪਾ ਅਨੰਦ ਹੈ ਜਿਵੇਂ ਆਪਾਂ ਬਹੁਤ ਕੋਈ ਸਵਾਦੀ ਚੀਜ਼ ਖਾ ਲਈਏ ਨਾ ਤਾਂ ਬੜੇ ਖੁਸ਼ ਹੁੰਦੇ ਹਨ ਨਾ ਵੀ ਅੱਜ ਵਾਲਾ ਆਨੰਦ ਆਇਆ ਇਦਾਂ ਹੀ ਰੱਬ ਦੇ ਪਿਆਰੇ ਨਾਮ ਦਾ ਰਸ ਪੀਵੀ ਕੇ ਖੀਵੇ ਹੰਦੇ ਆ ਆਨੰਦ ਆਉਂਦਾ ਹੈ ਨਾ ਖੁਸ਼ੀ ਮਿਲਦੀ ਨਾਮ ਦੀ ਜੈ দান ਕੀ ਜੇ ਬਿਸਰਨਾ ਹੀ ਅਖਣ ਮੇਰੇ ਪਾਸ਼ਾ ਮੈਨੂੰ ਆ ਨਾਮ ਦਾ ਦਾਨ ਬਖਸ਼ਿਸ਼ ਕਰੋ ਇੱਕ ਛਿਨ ਵੀ ਨਾ ਮੇਰਾ ਜਿਹੜਾ ਮਨ ਹੈ ਇਹ ਵਿਸਰੇ ਭਾ ਹਰ ਵੇਰੇ ਹੀ ਇਹ ਤੇਰੀ ਜੋਤਵ ਜੁੜਿਆ ਰਹੇ ਗੁਣ ਗੋਪਾਲ ਉਚਰ ਰਸਨਾ ਸਦਾ ਗਾਈਂ ਅੰਨਨ ਸਦਾ ਹੀ ਰਸਨ ਦੇ ਨਾਲ ਤੇਰੇ ਗੁਣ ਗਾਉਂਦਾ ਰਹਾ ਤੇਰੇ ਗੁਣਾ ਨੂੰ ਇਹ ਰਚਨਾ ਜਿਹੜੀ ਹੈ ਗੁਣਾ ਚਾਰ ਦੀ ਰਹਿ ਜਿਸ ਪ੍ਰੀਤ ਲੱਗੀ ਨਾਮ ਸੇ ਤੀ ਮਨ ਤਨ ਅੰਮ੍ਰਿਤ ਪੀ ਜਾਏ ਜਿਨ੍ਹਾਂ ਦੀ ਸੁਰਤੀ ਜੁੜ ਗਈ ਇਸ ਨਾਮ ਵਾਹਿਗੁਰੂ ਗੁਰਮੰਤਰ ਦੇ ਰਾਹੀ ਚਲਦਿਆਂ ਚਲਦਿਆਂ ਜਿਹੜਾ ਨਾਮ ਸਾਡੇ ਅੰਦਰ ਹੈ ਉੱਥੇ ਪਹੁੰਚ ਗਈ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਅਸ ਭੁੱਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਇਹ ਕਰਨ ਕਾਰਨ ਜੋਗੋ ਵਾਹਿਗੁਰੂ ਹਾਜ਼ਰ ਹੋ ਗਿਆ ਸੀ ਜਿਨ੍ਹਾਂ ਦੀ ਸੁਰਤੀ ਇਸ ਪਾਸੇ ਲੱਗੇ ਬਿਨਵੰਤ ਨਾਨਕਿ ਸ਼ਕੁੰਨੀ ਪੇਖ ਦਰਸ਼ਨ ਜੀਜੈ ਇਹជា ਸੀ ਸੰਤਾਂ ਦੀ ਛਾਇ ਸੀ ਦਰਸ਼ਨ ਕਰਨ ਵਾਹਿਗੁਰੂ ਦੇ ਦਰਸ਼ਨ ਜਿਹੜਾ ਮਹਾਰਗਿਆ ਯਾਹਰ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਇੱਥੇ ਸਾਹਮਣੇ ਪ੍ਰਤੱਖ ਨਾਨਕਾ ਪਾਸ਼ਾ ਦੀ ਸਜਾਹਰਾ ਅਕੰਮਿਕ ਨਾ ਨਹੀਂ ਖੋਲ ਕੇ ਹਰ ਵੇੜੇ ਹੀ ਉਸੇ ਦੀ ਆਵਾਜ਼ ਕੰਨਾਂ 'ਚ ਉਸੇ ਦੀ ਆਵਾਜ਼ ਰਸਨਾ 'ਤੇ ਉਸੇ ਦਾ ਧਿਆਨ ਅਕੰਧੇ ਵਿੱਚ ਸਭ ਪਾਸੇ ਵਾਹਿਗੁਰੂ ਵਾਹਿਗੁਰੂ ਜਿੱਥੇ ਜਿੱਥੇ ਪੇਖੋ ਤੈ ਹਜ਼ੂਰ ਦੂਰ ਘਤਣਾ ਨਹੀਂ ਜਾਏ ਰਾਵ ਰਿਆ ਸਰਬਤਨ ਮਨਸਦਾ ਤੇ ਹੈ ਸਰਤੀ ਉਸ ਜੁੜੀ ਰਹਿੰਦੇ ਸੋ ਬੜੇ ਗੋਜ ਭਾਵ ਹਨ ਹੁਣ ਤੁਸੀਂ ਇਹ ਸ਼ਬਦ ਦੀ ਵਿਚਾਰ ਜਿਹੜੀ ਹੈ ਅੰਤਰੀਵੀ ਵਿਚਾਰ ਆਪ ਜੀ ਨੇ ਸਰਵਣ ਕੀਤੇ ਜੋ ਦਾਸ ਨੂੰ ਮਹਾਰਾਜ ਨੇ ਸੋਜੀ ਬਖਸ਼ਿਸ਼ ਕੀਤੀ ਉਸ ਮਾਰਗ ਤੇ ਚੱਲਦੇ ਹੋયા ਇਹ ਹੁਣ ਤੁਸੀਂ ਅੰਦਾਜ਼ਾ ਲਾ ਲਿਆ ਹੋਗਾ ਕਿ ਇਹਦਾ ਅੰਮ੍ਰਿਤਸਰ ਵਾਲੇ ਸਰੋਵਰ ਦੇ ਨਾਲ ਕੋਈ ਜ਼ਿਆਦਾ ਨਹੀਂ ਸੰਬੰਧ ਹੈ ਪਰ ਚਲੋ ਇਤਿਹਾਸਕਾਰਾਂ ਨੇ ਜੋੜ ਲਿਆ ਤੇ ਇਹ ਤੇ ਚਾਪਾ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਹਾਂ ਉਹ ਵੀ ਮਹਾਨ ਹੈ ਸਰੋਵਰ ਮਹਾਰਾਯਦਾ ਬਣਾਇਆ ਗੁਰਮੁਖ ਦਸ ਪਾਸ਼ਾ ਦਾ ਬਣਾਇਆ ਹੈ ਉਹ ਉਹ ਵੀ ਮਹਾਨ ਹੈ ਲੇਕਿਨ ਇਹ ਸਾਰੀ ਖੇਡ ਜਿਹੜੀ ਹੈ ਸਾਗੇ ਅੰਦਰ ਦੀ ਮਹਾਰਾਜ ਨੇ ਸ਼ਾਂਤ ਸੀ ਥੋੜਾ ਜਿਹਾ ਟਾਈਮ ਤਾਂ ਜ਼ਿਆਦਾ ਲੱਗਿਆ ਹੈ ਇਹ ਹੈ ਵੀ ਗੁੱਜ ਭੇਦ ਹਨ ਸਾਰੇ ਹੁਣ ਜੇ ਆਪਾਂ ਅੱਧ ਵਿੱਚੋਂ ਗੱਲ ਛੱਡ ਦਿੰਦੇ ਕੱਲ ਨੂੰ ਫੇਰ ਉਹ ਗੱਲ ਨਹੀਂ ਬਣਨੀ ਸਤਿਗੁਰੂ ਜੀ ਕਿਰਪਾ ਕਰਨ ਦਾਸ ਦੇ ਕੋਲੋਂ ਕਿਉਂਕਿ ਇਹ ਸਾਰੀਆਂ ਹੀ ਗੱਲਾਂ ਜਿਹੜੀਆਂ ਹਨ ਇਹ ਰਸ ਦੀਆਂ ਹਨ ਅੰਦਰ ਦੀਆਂ ਹਨ ਇਹ ਕਰਦੇ ਆ ਹੋਇਆ ਕੋਈ ਵੀ ਔਕਾਈ ਹੋਈ ਹੋਵੇ ਮੇਰੇ ਕੋਲੋਂ ਤਾਂ ਸੰਤ ਬਖਸ਼ ਦੇ ਮੈਨੂੰ ਗੁਰੂ ਮਹਾਰਾਜ ਕਿਰਪਾ ਕਰਨ ਹੋਰ ਸੋਜੀ ਹੋਵੇ ਅਰਦਾਸ ਕਰੋ ਹੋਰ ਮਹਾਰਾਜ ਇਸ ਪਾਸੇ ਅੱਗੇ ਵਧਾਉਣ ਹੋਰ ਅੱਗੇ ਵਧਾਉਣ ਇਹ ਬਾਣੀ ਜਿਹੜੀ ਹੈ ਇਸ ਬਾਣੀ ਦੇ ਵਿੱਚੋਂ ਆਪਾਂ ਆਨੰਦ ਮਾਣੀ ਔਰ ਇਹ ਆਨੰਦ ਦੀ ਅਵਸਥਾ ਸਾਨੂੰ ਬਾਣੀ ਲੈ ਜਾਵੇ ਪੜਦੇ ਪੜਦੇ ਜੀਵਨ ਇਹ ਜੀਵਨ ਇਹ ਨਹੀਂ ਹੈ ਕਿ ਆਪਾਂ ਸਿਰ ਉੱਠੇ ਨਾਲਿਆ ਪਾਠ ਕਰ ਲੈ ਥੋੜਾ ਜਿਹਾ ਤੇ ਮਤਲਬ ਸਾਨੂੰ ਲੋਗ ਤੇ ਪ੍ਰਲੋਗ ਦੋਵੇਂ ਸੁਹੇਲੇ ਹੋ ਜਾਣ ਐਸ ਲੋਗ ਦੀਆਂ ਵੀ ਸਾਰੀਆਂ ਖੁਸ਼ੀਆਂ ਹੁਣ ਦੇਖ ਲਓ ਰੱਬ ਦੇ ਪਿਆਰੇ ਸੰਤ ਜਨਾਂ ਨੂੰ ਇਸ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਨਾ ਕੋਉਂਦੇ ਆ ਤਾਂ ਹੀ ਉਹ ਲੋਕਾਂ ਨੂੰ ਵੰਡਦੇ ਹਨ ਜੇ ਉਹਨਾਂ ਦੇ ਕੋਲ ਨਾ ਹੋਣਾ ਉਹ ਆਪੇ ਰੋਂਦੇ ਰਹਣ ਭਾਈ ਮੇਰਾ ਤਾਂ ਆਪਣਾ ਨਹੀਂ ਕੋਈ ਬਣਦਾ ਮੈਂ ਤੁਹਾਨੂੰ ਕੀ ਦੇਵਾਂ ਉਹਨਾਂ ਨੂੰ ਰੱਬ ਸਾਰੀਆਂ ਖੁਸ਼ੀਆਂ ਦੇ ਦਿੰਦਾ ਹੈ ਫਿਰ ਲੋਕਾਂ 'ਚ ਬਣਦੇ ਹਨ ਸੋ ਸਤਿਗੁਰੂ ਜੀ ਕਿਰਪਾ ਕਰਨ ਇਹ ਸਾਧਨਾ ਹੈ ਜਿਹੜਾ ਲੱਗ ਜਾਵੇਗਾ ਦੇਖੋ ਜਿਹਦੇ ਖਾਨੇ 'ਚ ਬਹਿ ਗਈ ਏ ਗੱਲ ਉਹ ਉਹਦਾ ਇਹ ਕਾਰਜ ਸਬਰ ਜੀਗਾ ਜਿਹੜਾ ਇਹ ਕਾਰਜ ਹੈ ਨਾ ਤੁਸੀਂ ਆਪਾਂ ਵੇਖੋ ਰੋਜ਼ ਪੜਦੇ ਪਰ ਕੀ ਹੈ ਆਦੂ ਕਟਾ ਦਿਨਸ ਰਹਿਣਾਰੇ ਮਨ ਗੁਰਮਿਲ ਕਾ ਪੜ ਕੇ ਪਸੇ ਹੋਗੇ ਨਾ ਗੁਰਮਿਲ ਕਾਜ ਸਵਾਰੇ ਆ ਕਾਜ ਸਵਾਰਨਾ ਰਬ ਨੂੰ ਮਿਲਣਾ ਇਸ ਸੰਸਾਰ ਵਿਕਾਰ ਸੰਸੇਮੇ ਤਰਿਓ ਬ੍ਰਹਮ ਗਿਆਨੀ ਗੁਰੂ ਤੋਂ ਗਿਆਨ ਲੈਣਾ ਸੰਸਿਆ ਚ ਪਏ ਹੋਏ ਲੋਕ ਤੋਂ ਨਿਕਲਣਾ ਚ ਜਿਸੇ ਜਗਾਏ ਪਿਆਵੇ ਜਸ ਅਕਥ ਕਥਾ ਤੇ ਇਹ ਅਕਥ ਦੀ ਕਥਾ ਜ ਸਾਰੀ ਅਕਥ ਦੀ ਕਥਾ ਜਿਹੜੀ ਆਪਾਂ ਸੁਣੀਏ ਜਾਕੋ ਆਏ ਸੋਹੀ ਬਿਹਾਜੋ ਹਰ ਗੁਰ ਤੇ ਮਨ ਵਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਨਿਜ ਕਰ ਮਹਿਲ ਇਹ ਅੰਦਰ ਦਾ ਮਹਿਲ ਅਜ ਤੇ ਮਹਾਰਾਜ ਨੇ ਅਜ ਅੰਦਰ ਦੇ ਮਹਿਲ ਦੀਆਂ ਗੱਲਾਂ ਸੁਣੀਆਂ ਇਹ ਹੈ ਨਿਜ ਕਰ ਮਹਿਲ ਪਾਵੋ ਸੁਖ ਸਹਜੇ ਬੜਾ ਆਨੰਦ ਚ ਰਹੋਗੇ ਬਾਹਰ ਨਾ ਹੋਏਗਾ ਮੁਰਕੇ ਨਹੀਂ ਆਉਣਾ ਪਏਗਾ ਇਹ ਜਿਹੜੀਆਂ ਚੀਜ਼ਾਂ ਆਪਾਂ ਰੋਜ਼ ਪੜ੍ਹਦੇ ਹਨ ਇਹ ਉਹੀ ਪ੍ਰੈਕਟੀਕਲ ਹੈ ਅਪਾ ਪੜ੍ਹ ਕੇ ਛੱਡ ਦਿੰਦੇ ਆ ਪਿੰਦਤ ਨੇ ਮ ਕਰ ਲੈ ਇਹ ਪ੍ਰੈਕਟੀਕਲ ਕਰਾਂਗੇ ਇਹ ਸਾਰਾ ਕੁਝ ਸਾਡੇ ਸਾਹਮਣੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ